ਸ਼੍ਰੀਕਾਲ, ਸਲਾਮ, ਨਮਸਤੇ, ਅਨਾਦਾਬ ਜੀ, ਆਦਾਬ। ਮੈਂ ਐਡ ਕੀਤਾ ਇੱਕ ਸਪੈਸ਼ਲ ਪਰਪਸ ਵਾਸਤੇ। ਕੁਲਦੀਪ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਮੈਂ ਹਾਂ ਕੁਲਦੀਪ ਗਿੱਲ ਔਰ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਜੀ। ਜ਼ਿਆਦਾ ਸਮਾਂ ਨਹੀਂ ਲਾਂਗੇ। ਅੱਜ ਜਿਹੜੇ ਸਾਡੇ ਗੈਸਟ ਨੇ, ਗੈਸਟ ਬਾਰੇ ਮੈਂ ਕੀ ਦੱਸਾਂ, ਉਹ ਆਪ ਹੀ ਦੱਸਣਗੇ। ਉਹ ਕੀ ਨੇ, ਸਾਨੂੰ ਗੈਸਟ ਨੇ ਜਾਂ ਸਾਨੂੰ ਫੈਮਿਲੀ ਵਾਂਗੂ ਹੀ ਲੱਗਦੇ ਨੇ, ਕਿਉਂਕਿ DMV ਦੇ ਵਿੱਚ ਜਿੰਨੇ ਟਾਈਮ ਤੋਂ ਅਸੀਂ ਹਾਂ ਉਨੇ ਟਾਈਮ ਤੋਂ ਹੀ ਇਹਨਾਂ ਨੂੰ ਅਸੀਂ ਜਾਣਦੇ ਹਾਂ। ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਵਿਜੇ ਤਨੇਜਾ ਜੀ ਦਾ MyTV 'ਤੇ। ਵਿਜੇ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਮੈਂ ਚਿਲ ਕਰਨ ਆਇਆ ਮਿਸਟਰ ਮਿਸ ਗਿੱਲ ਨਾਲ। ਯਾ, ਔਰ ਚਿਲ ਕਰ ਵੀ ਰਹੇ ਨੇ, ਮੈਨੂੰ ਲੱਗਦਾ ਚਿਲ ਕਰ ਰਹੇ ਨੇ। ਹੀ ਇਜ਼ ਇਨ ਵੈਰੀ ਹੈਪੀ ਮੂਡ, ਔਰ ਅੱਜ ਬੜੇ ਸ਼ਾਈਨ ਵੀ ਕਰ ਰਹੇ ਨੇ। ਅੱਜ ਕੈਮਰਾ ਦੀ ਸਾਰੀ ਲਾਈਟਾਂ ਸੀ, ਅੱਜ ਸਾਰੀਆਂ ਇਹਨਾਂ 'ਤੇ ਪਾਈਆਂ ਨੇ, ਤਾਂ ਕਿ ਬਿਲਕੁਲ ਸ਼ਾਈਨ ਕਿਉਂ ਨਹੀਂ ਕਰਨਗੇ, ਕਿਉਂਕਿ ਇਹ ਇੰਡੀਆ ਦਾ ਜਿੰਨੇ ਸ਼ਾਈਨਿੰਗ ਸਟਾਰ ਨੇ ਇਹ 2 ਹਫ਼ਤੇ 'ਚ ਵਿਜੇ ਸਾਹਿਬ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾ ਰਹੇ ਨੇ, DMV 'ਚ ਲੈ ਕੇ ਆ ਰਹੇ ਨੇ। ਅਤੇ ਅਸੀਂ ਜ਼ਿਆਦਾ ਨਾ ਟ ਸਮੇਂ ਲੈਂਦੇ ਹੋਏ ਦੱਸ ਦਈਏ ਕਿ ਮੈਂ ਸਲਾਮ ਕਿਉਂ ਕਿਹਾ ਸੀ ਜੀ। ਸਲਾਮ ਸੀਗਾ ਸਲਮਾਨ ਖਾਨ ਵਾਸਤੇ। ਅਤੇ ਲਓ ਜੀ, ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਗੱਲਬਾਤ ਕਰਾਂਗੇ ਦ ਦਬੰਗ ਛੋੜ ਰੀਲੋਡਡ। ਰੀਲੋਡਡ ਵਾਪਸ ਮੈਨੂੰ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਰੀਲੋਡਡ ਇਸ ਕਰਕੇ ਹੈ ਕਿਉਂਕਿ ਵਾਕਈ ਲੋਡਡ ਹੈ with so many talented people, just name it. Each and every one is superb in their own field and their own work. ਹਰ ਬੰਦਾ ਜਿਹੜਾ ਇਸ ਸ਼ੋਅ ਦਾ ਹਿੱਸਾ ਹੈ ਜੀ ਪਵਾ। ਈਵਨ ਕਿ ਮੈਂ ਪਿੱਛੇ ਜੇ ਭਾਅ ਜੀ ਤੁਸੀਂ ਅਟਲਾਂਟਾ ਦਾ ਜਿਹੜਾ ਫਰਸਟ ਸ਼ੋਅ ਸੀ ਉਹ ਸ਼ੇਅਰ ਕੀਤਾ, ਵਟ ਆਰ ਲਾਈਟਿੰਗ। ਤੁਹਾਡਾ ਐਕਸਪੀਰੀਅੰਸ ਕੈਸਾ ਸੀਗਾ ਅਟਲਾਂਟਾ ਦਾ? ਮੇਰਾ ਐਕਸਪੀਰੀਅੰਸ ਇੰਨਾ ਵਧੀਆ ਸੀਗਾ ਕਿ ਉੱਥੇ ਮੇਰਾ ਐਕਸਪੀਰੀਅੰਸ ਜੋ ਹੈ ਸੀ, ਲੇਕਿਨ ਜਿਹੜੀ ਆਡੀਅੰਸ ਸੀ ਉਹ ਉੱਠਣਾ ਹੀ ਚਾਹੁੰਦੀ ਸੀ ਕਿ ਇੰਨਾ ਮਜ਼ਾ ਆਇਆ ਲੋਕਾਂ ਨੂੰ, ਸਪੈਸ਼ਲ ਇਫੈਕਟਸ, ਲਾਈਟ, ਏਰੀਅਲ ਐਂਟਰੀਸ ਜਿਹੜੀਆਂ ਲੋਕਾਂ ਨੇ ਕੀ ਕਹਿ ਸਕਦੇ ਹੋ ਕਿ ਇੰਨਾ ਮਜ਼ਾ ਕਿ 4.5 ਘੰਟੇ ਦਾ ਸ਼ੋਅ ਹੋਇਆ ਸੀ। ਵਾਓ! ਔਰ ਉਹਨੂੰ ਆਫਕੋਰਸ 3.5 ਘੰਟੇ ਖਤਮ ਕਰਨਾ ਪੈਂਦਾ, ਲੇਕਿਨ ਫਿਰ ਵੀ 4.5 ਘੰਟੇ ਸ਼ੋਅ ਚੱਲਿਆ ਸੀ ਔਰ ਪਬਲਿਕ ਤਾਂ ਵੀ ਨੱਚ ਰਹੀ ਸੀ ਔਰ ਗਾ ਰਹੀ ਸੀ, ਕਿ ਮੈਂ ਤਾਂ ਥਰੂ ਆਊਟ ਤੁਸੀਂ ਲਾਈਵ ਵੀਡੀਓ ਜਿਹੜੀ ਵੀ ਪਾਉਂਦੇ ਰਹੇ ਹੋ ਜਾਂ ਸੈਂਡ ਕਰਦੇ ਰਹੇ ਹੋ, ਤੁਸੀਂ ਵੀ ਜਾਗ ਰਹੇ ਸੀ ਔਰ ਮੈਂ ਵੀ ਜਾਗ ਰਹੀ ਸੀ ਕਿ ਸਲਮਾਨ ਖਾਨ ਦੀ ਕਿਸ ਤਰ੍ਹਾਂ ਦੀ ਐਂਟਰੀ ਹੋਏਗੀ ਔਰ ਕਿਸ ਤਰ੍ਹਾਂ ਦਾ ਲੋਕਾਂ ਦਾ ਸੀਗਾ। ਅਤੇ ਉਹ ਵੀਡੀਓ 'ਚ ਦਿਖ ਰਿਹਾ ਕਿ ਲੋਕਾਂ ਨੇ ਥਰੂ ਆਊਟ ਔਰ ਨੱਚਦੇ ਹੀ ਰਹੇ ਨੇ ਥਰੂ ਆਊਟ। ਬਿਲਕੁਲ ਜੀ, ਔਰ ਕੋਈ ਐਸਾ ਮੂਮੈਂਟ ਸੀਗਾ ਹੀ ਨਹੀਂ ਜਿੱਥੇ ਤੁਸੀਂ ਬੋਰ ਹੋ। ਬਿਲਕੁਲ, ਸੋ ਮੈਨੂੰ ਤਾਂ ਬੜਾ ਅੱਛਾ ਲੱਗਿਆ ਕਿ ਭਾਈ ਬਹੁਤ ਲੰਬਾ ਹੈ, ਕੁਝ ਕਹਿੰਦੇ ਨੇ ਹੋਰ ਵੰਸ ਮੋਰ ਚੱਲ ਰਿਹਾ ਸੀ। ਭਾਅ ਜੀ, 12 ਸਾਲ ਬਾਅਦ ਸਲਮਾਨ ਖਾਨ ਆਏਗਾ ਤਾਂ ਫਿਰ ਵੰਸ ਮੋਰ ਤਾਂ ਹੋਏਗੀ ਹੋਏਗੀ। ਸਲਮਾਨ ਖਾਨ, ਕਤਰੀਨਾ ਕੈਫ, ਕੀ ਨਾਮ, ਜੈਕਲਿਨ, ਫਿਰ ਮਨੀਸ਼ ਪੌਲ ਔਰ ਸੋਨਾਕਸ਼ੀ ਸਿਨਹਾ ਔਰ ਆਪਣਾ ਸਿੰਗਰ ਡੇਜ਼ੀ ਸ਼ਾਹ ਐਂਡ ਐਂਡ ਆਫ ਕਹਿੰਦੇ ਨਾ ਕਿ ਆਈਸਿੰਗ ਔਨ ਟਾਪ ਜਿਹਨੂੰ ਕਹਿ ਦੇਦਾ, ਕੇਕ ਦੀ ਜਿਹੜੀ ਆਈਸਿੰਗ ਹੁੰਦੀ ਹੈ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ, ਉਹ ਕੀ ਹੈ? ਗੁਰੂ ਰੰਧਾਵਾ ਜੀ। ਹਾਂ, ਜਿੰਨੀਆਂ ਵੀ ਸਾਡੀ ਗਰਲਸ ਨੇ, ਮੈਂ ਕਹਾਂਗੀ ਬੋਇਜ਼ ਵੀ ਬੜੇ ਫੈਨ ਨੇ, ਅਤੇ ਬੜੇ ਟੈਲੈਂਟਡ ਮੁੰਡਾ ਹੈਗਾ ਜੀ। ਇੱਕ ਤਾਂ ਗੁੱਡ ਲੁਕਿੰਗ ਹੈ, ਸਮਾਰਟ ਹੈ, ਉੱਤੋਂ ਗੁੱਡ ਸਿੰਗਰ, ਸੋ ਇਹ ਕੰਬੀਨੇਸ਼ਨ ਹੈਗਾ। ਐਕਚੁਲੀ ਮੈਂ ਕਹਾਂਗੀ ਜਿਹੜੇ ਵੀ ਸਾਡੇ ਆਰਟਿਸਟ ਸਾਰੇ ਆ ਰਹੇ ਨੇ, ਦੇ ਆਰ ਬੰਡਲ ਆਫ ਟੈਲੈਂਟ, ਹਰ ਇੱਕ ਬੰਦੇ ਦੇ ਵਿੱਚ ਇੰਨੀਆਂ ਸਾਰੀ ਕੁਆਲਿਟੀਜ਼ ਨੇ। ਅਤੇ ਅਗਰ ਪ੍ਰਭੂ ਦੇਵਾ ਤੋਂ ਸ਼ੁਰੂ ਕਰੀਏ ਤਾਂ ਪ੍ਰਭੂ ਦੇਵਾ ਜੀ ਜਿਹੋ ਜਿਹਾ ਉਹਨਾਂ ਦਾ ਨਾਮ ਹੈ, ਉਸ ਤਰ੍ਹਾਂ ਦਾ ਹੀ ਨੇਚਰ ਹੈ ਔਰ ਉਸ ਤਰ੍ਹਾਂ ਦਾ ਹੀ ਉਹਨਾਂ ਦਾ ਡਾਂਸ ਫਾਰਮ ਟੂ ਡਾਈ ਫੋਰ। ਅਤੇ ਇਹ ਸਿੰਗਰ ਜਿਹੜੇ ਨੇ ਉਹ ਸਿੰਗਲ ਨੇ ਜੀ? ਇਹ ਸਿੰਗਲ ਨੇ, ਸਲਮਾਨ ਜੀ ਵੀ ਵੈਸੇ ਸਿੰਗਲ ਹੀ ਨੇ। ਸਲਮਾਨ ਜੀ, ਸਲਮਾਨ ਖਾਨ ਵਿਚਾਰਾ ਮੇਰੀ ਵੇਟ ਕਰ ਕਰਕੇ ਉਹਨੇ ਵਿਆਹ ਹੀ ਨਹੀਂ ਕੀਤਾ, ਮੋਨੀ ਗਿੱਲ ਨੇ ਪਹਿਲਾਂ ਹੀ ਵਿਆਹ ਕਰ ਲਿਆ, ਰਾਈਟ? ਕੁਵਾਰਾ ਰਹਿ ਗਿਆ ਵਿਚਾਰਾ। ਸੋ ਹੁਣ ਵਾਪਸ ਮੁਲਾਕਾਤ ਹੋਏਗੀ ਉਹਨਾਂ ਨਾਲ ਆਫਟਰ 97 ਕਿ 98 'ਚ ਆਪਾਂ ਕੀਤਾ ਸੀ ਉਹਨਾਂ ਦਾ ਸ਼ੋਅ। 2006 ਨਹੀਂ ਨਹੀਂ ਸਲਮਾਨ ਖਾਨ ਦਾ ਜਿਹੜਾ ਕੀਤਾ ਸੀ ਇੱਕ ਸ਼ੋਅ ਜਿਹੜਾ ਬੜੇ ਸਾਲ ਪਹਿਲੇ ਕੀਤਾ ਸੀ। ਕਿਉਂਕਿ ਮੈਂ ਉਦੋਂ ਹਲੇ ਕੁਲਦੀਪ ਨੂੰ ਮਿਲੀ ਨਹੀਂ ਸੀ ਉਦੋਂ ਸਿੰਗਲ, ਤੇ ਸਲਮਾਨ ਦੇ ਵੇਟ ਕਰ ਰਹੇ ਸੀ, ਕੁਲਦੀਪ ਮਿਲ ਗਈ। ਤੇ ਲੋ ਜੀ ਭਾਜੀ, ਹੁਣ ਇਹ ਦੱਸੋ ਕਿ ਇਸ ਸ਼ੋਅ ਦੇ ਇਹਦੇ ਬਾਰੇ ਪਹਿਲਾਂ ਤਾਂ ਕੁਝ ਦੱਸੋ ਕਿ ਆਡੀਅੰਸ ਜਦੋਂ ਤੁਹਾਨੂੰ ਕੋਈ ਲੋਕੀ ਕਾਲ ਕਰਦੇ ਨੇ ਜਾਂ ਟਿਕਟਸ ਬਾਰੇ ਗੱਲ ਕਰਦੇ ਨੇ, ਉਹਨਾਂ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆਉਂਦਾ ਤੁਹਾਨੂੰ? ਉਹਨਾਂ ਦਾ ਉਤਸ਼ਾਹ ਇਤਨਾ ਹੈ ਕਿ ਕਈ ਦਫ਼ਾ ਤਾਂ ਜਵਾਬ ਹੀ ਨਹੀਂ ਹੁੰਦਾ ਕਿ ਕੀ ਜਵਾਬ ਦਿਓ। ਸਭ ਨੂੰ ਸਲਮਾਨ ਨਾਲ ਮਿਲਣਾ ਹੈ ਜੀ, ਸਭ ਨੂੰ ਰੰਧਾਵਾ ਨਾਲ, ਗੁਰੂ ਰੰਧਾਵਾ ਨਾਲ ਮਿਲਣਾ ਹੈ। ਹੁਣ ਤੁਹਾਨੂੰ ਪਤਾ ਹੈ ਕਿ ਸਭ ਤਾਂ ਨਹੀਂ ਹੋ ਸਕੇਗਾ, ਲੇਕਿਨ 100 ਬੰਦਿਆਂ ਦੇ ਅਸੀਂ VIP ਟਿਕਟਾਂ ਰੱਖੀਆਂ ਨੇ ਜਿਹੜੀਆਂ ਕਿ ਸਾਰੀ ਜਾ ਚੁੱਕੀਆਂ ਨੇ। ਫਿਰ ਵੀ ਕੁਛ 5-10% ਕੁਛ ਕਰਾਂਗੇ,
ਅੱਛਾ ਕੁਝ ਸਪੈਸ਼ਲ ਹੋਣਗੇ ਸਾਡੇ ਵਰਗੇ ਫੈਨਸ ਦੀਆਂ ਰਾਈਟ ਜਿਹੜੇ ਕ੍ਰੇਜ਼ੀ ਫੈਨ ਹੋਣਗੇ ਰਾਈਟ ਤੇ ਹੁਣ ਤੁਹਾਡੇ ਤੇ ਬੈਠੇ ਬੈਠੇ ਕੋਈ ਟੈਕਸ ਆਇਆ ਸੀ ਕਹਿੰਦੇ ਕਿ ਤੁਹਾਡੀ ਫੋਟੋ ਵੇਖ ਲਈ ਸਾਨੂੰ ਜਲਸੀ ਹੋ ਗਈ ਸਾਨੂੰ ਵੀਆਈਪੀ ਟਿਕਟ ਚਾਹੀਦੀ ਸਹੀ ਗੱਲ ਹੈ ਅਸੀਂ ਵੀ ਉਹ ਟੈਕਸ ਪੜਿਆ ਜੀ ਕਿਸੇ ਨੇ ਲਿਖ ਕੇ ਪਾ ਕੇ ਵੀ ਆਰ ਜਲਸ ਯੂ ਆਰ ਸਟੈਂਡਿੰਗ ਵਿਦ ਸਲਮਾਨ ਖਾਨ ਤੇ ਬਈ ਬੰਦਾ ਹੈ ਕਿ ਜਨਾਨੀ ਇਹ ਨਹੀਂ ਪਤਾ ਲੱਗਾ ਲੇ ਜੈਲਸ ਹੋਣ ਦੀ ਲੋੜ ਨਹੀਂ ਹੈ ਕਮ ਆਨ ਐਂਡ ਇੰਜੋਏ ਦੀ ਸ਼ੋਅ ਆਫ ਕੋਰਸ ਤੁਹਾਨੂੰ ਵੀ ਮੌਕਾ ਮਿਲ ਸਕਦਾ ਸਲਮਾਨ ਖਾਨ ਨੂੰ ਲਾਈਵ ਦੇਖਣ ਦਾ ਦੇਖੋ ਹਰ ਬੰਦਾ ਤੇ ਸਲਮਾਨ ਦੇ ਕੋਲ ਨਹੀਂ ਪਹੁੰਚ ਸਕਦਾ ਠੀਕ ਹੈ ਲੇਕਿਨ ਅਸੀਂ ਅਗਰ ਉਸ ਸਟੇਡੀਅਮ ਜਾਂ ਜਿਹੜਾ ਹਾਲ ਹੈ ਅਸੀਂ ਜੇ ਉੱਥੇ ਪਹੁੰਚ ਜਾਈਏ ਔਰ ਉਹਦਾ ਉੱਥੇ ਟਿਕਟਾਂ ਲੈ ਕੇ ਉੱਥੇ ਵੈਲਕਮ ਕਰੀਏ ਆਈ ਥਿੰਕ ਸਲਮਾਨ ਲਈ ਉਨਾ ਹੀ ਇੰਪੋਰਟੈਂਟ ਬੰਦਾ ਜਿਹੜਾ ਅੱਗੇ ਬੈਠਾ ਹੈ ਔਰ ਜਿਹੜਾ ਪਿੱਛੇ ਬੈਠਾ ਹੈ ਔਰ ਅਗਰ ਵਾਕਈ ਤੁਸੀਂ ਸਲਮਾਨ ਦੇ ਟਰੂ ਫੈਨ ਹੋ ਮੈਂ ਬਾਰ ਬਾਰ ਸਲਮਾਨ ਇਸ ਲਈ ਕਹਿੰਦੀ ਹਾਂ ਕਿਉਂਕਿ ਆਮ ਸਲਮਾਨ ਲਵਰ ਮੈਂ ਸਲਮਾਨ ਦੀ ਹਿਊਜ ਫੈਨ ਹਾਂ ਅਤੇ ਮੈਂ ਉਸ ਫੈਨ ਦੇ ਬਿਹਾਫ 'ਤੇ ਕਹਾਂਗੀ ਅਗਰ ਤੁਸੀਂ ਵਾਕਈ ਉਹਦੇ ਫੈਨ ਹੋ ਤਾਂ ਦੈਨ ਗੋ ਹੈਅਰ ਇਨ ਇੰਜੋਏ ਦਾ ਸ਼ੋਅ ਡਜ਼ਨਟ ਮੈਟਰ ਕਿ ਤੁਸੀਂ ਕਿੱਥੇ ਬੈਠੇ ਹੋ ਮੈਂ 97 ਕਿ 98 'ਚ ਜਦੋਂ ਸ਼ੋਅ ਹੋਇਆ ਸੀ ਮੈਂ ਬਹੁਤ ਪਿੱਛੇ ਸੀਗੀ ਔਰ ਮੈਨੂੰ ਮੌਕਾ ਮਿਲਿਆ ਸੀ ਕਿ ਮੈਂ ਚੁੰਨੀ ਘੁਮਾਈ ਅਤੇ ਸਲਮਾਨ ਨੇ ਮੈਨੂੰ ਸਟੇਜ 'ਤੇ ਕੁੜੀਆਂ ਨੂੰ ਬੁਲਾਇਆ ਸੋ ਮੈਨੂੰ ਮੌਕਾ ਮਿਲਿਆ ਅਤੇ ਕਿਉਂ ਨਹੀਂ ਤੁਹਾਨੂੰ ਵੀ ਮੌਕਾ ਮਿਲ ਸਕਦਾ ਸੋ ਐਟਲੀਸਟ ਇੱਥੇ ਅਗਰ ਹੋਵੋਗੇ ਤਾਂ ਤੁਸੀਂ ਐਕਸਪੀਰੀਅੰਸ ਕਰ ਸਕਦੇ ਮਤਲਬ ਚੁੰਨੀਆਂ ਜ਼ਰੂਰ ਲੈ ਕੇ ਆਉਣਾ ਚੁੰਨੀ ਐਂਟਰੀ ਹੈ ਚੁੰਨੀ ਹੀ ਰੀਜ਼ਨ ਹੈ ਟਿਕਟ ਹੋਵੇ ਨਾ ਹੋਵੇ ਚੁੰਨੀ ਹੀ ਜ਼ਰੂਰੀ ਹੈ ਬਸ ਉੱਥੇ ਸਾਡੇ ਕੈਮਰਾਮੈਨ ਨੂੰ ਵੀ ਹੱਸੀ ਆ ਗਈ ਹੈ ਚਲੋ ਅੱਛੀ ਗੱਲ ਹੈ ਕਿ ਸਾਡਾ ਸ਼ੋਅ ਲਾਈਵ ਇੰਜੋਏ ਕੀਤਾ ਜਾ ਰਿਹਾ ਕੀ ਖਿਆਲ ਹੈ ਭਾਜਾ ਤੁਹਾਡਾ ਖਿਆਲ ਦੱਸਦਾ ਕਿ ਅਟਲਾਂਟਾ ਵਿੱਚ ਤੇ ਹਰ ਪਰਫਾਰਮਰ ਨੇ ਸਟੇਜ ਤੇ ਕਿਸੇ ਨਾ ਕਿਸੇ ਨੂੰ ਬੁਲਾਇਆ ਹਰ ਪਰਫਾਰਮਰ ਨੇ ਵਾਓ ਔਰ ਮਤਲਬ ਮੁੰਡੇ ਵੀ ਗਏ ਨੇ ਮੁੰਡੇ ਵੀ ਸੀ ਕਤਰੀਨਾ ਨੇ ਕਿਸੇ ਨੂੰ ਬੁਲਾਇਆ ਕਤਰੀਨਾ ਨੇ ਬੁਲਾਇਆ ਬਸ ਫਿਰ ਠੀਕ ਹੈ ਆਪਾਂ ਵੀ ਪਹੁੰਚ ਜਾ ਗਏ ਫਿਰ ਇੱਕ ਤੇ ਐਸਾ ਆਡੀਅੰਸ ਹੈਗੀ ਸੀ ਮਨੀਸ਼ ਪੌਪਿਕ ਕਰਦਾ ਕਿ ਬਈ ਕੌਣ ਸਟੇਜ ਤੇ ਜਾਏਗਾ ਉਹ ਆਡੀਅੰਸ ਜਾਏਗਾ ਮਾਈਕ ਲੈ ਕੇ ਨਾਲ ਕੈਮਰਾਮੈਨ ਆਲ ਦੈਟ ਉਹ ਪਿਕ ਕਰਦਾ ਵੀ ਅਗਲੇ ਆਈਟਮ ਵਾਸਤੇ ਮਜ਼ਾਕ ਇੰਨੇ ਹੈਗੇ ਨੇ ਕਿ ਤੁਸੀਂ ਹੱਸੇ ਬਗੈਰ ਤੁਸੀਂ ਰਹਿ ਨਹੀਂ ਸਕਦੇ ਬਿਲਕੁਲ ਉਹ ਵੈਸੇ ਤੁਹਾਡਾ ਪੂਰੇ ਮਜ਼ਾਕ ਪੂਰਾ ਉਡਾਏਗਾ ਤੁਹਾਡਾ ਕਾ ਤੁਹਾਡੇ ਸੁਦ ਨਜ਼ਰ ਆ ਗਏ ਤੇ ਪੂਰਾ ਮਜ਼ਾਕ ਉਡਾਏਗਾ ਮਤਲਬ ਤੁਸੀਂ ਗਏ ਜੇ ਤੁਹਾਡੇ ਸਾਹਮਣੇ ਆ ਗਿਆ ਉਹ ਲਾਈਕ ਇਹ ਮਤਲਬ ਯੂ ਆਰ ਡਨ ਸੋ ਵੀ ਰੈਡੀ ਮਜ਼ਾਕ ਕਰੇਗਾ ਤੁਸੀਂ ਆਪਣੇ ਹੀ ਗੱਲਾਂ ਤੇ ਖੁਦ ਹੀ ਲੋਟਪੋਟ ਹੋ ਜਾਓਗੇ ਚਲੋ ਲੁਕਿੰਗ ਫਾਰਵਰਡ ਟੂ ਦੈਟ ਜੋ ਦੋਨੋਂ ਕੁੜੀਆਂ ਦੇ ਵਿੱਚ ਜ਼ਿਆਦਾ ਸੀਟੀਆਂ ਕਿਹਦੇ ਤੇ ਵੱਜੀਆਂ ਕਤਰੀਨਾ ਦੇ ਕਿ ਜੈਕਲਿਨ ਤੇ ਮੈਨੂੰ ਸਾਰੇ ਬਰਾਬਰ ਲਈ ਸੁਨਾਕਸ਼ੀ ਆਈ ਸੀ ਤਾਂ ਵੀ ਬਹੁਤ ਸਿੱਟੀ ਸੀ ਜੈਕਲਿਨ ਆਏ ਤੇ ਫਿਰ ਹੋਰ ਵੀ ਜ਼ਿਆਦਾ ਮਤਲਬ ਇਹ ਹੈ ਇਹ ਦੱਸਣਾ ਚਾਹ ਰਹੇ ਨੇ ਕਿ ਇਹਨਾਂ ਨੇ ਤਿੰਨੋਂ ਕੁੜੀਆਂ ਤੇ ਸਿੱਟੀਆਂ ਮਾਰੀਆਂ ਨੇ ਆਮ ਜਸਟ ਜੋਕਿੰਗ ਨਹੀਂ ਹੋ ਸਕਦਾ ਕਿਉਂਕਿ ਆਪਣੇ ਸ਼ਹਿਰ 'ਚ ਤੇ ਤੁਸੀਂ ਸਿੱਟੀ ਮਾਰ ਨਹੀਂ ਸਕਦੇ ਪ੍ਰਾਈਸ ਬਾਹਰਲੇ ਸ਼ਹਿਰ 'ਚ ਜਾ ਕੇ ਇੱਕ ਫਾਇਦਾ ਇੱਕ ਤੇ ਸ਼ੋਅ ਵੀ ਪੂਰਾ ਇੰਜੋਏ ਕਰ ਸਕਦੇ ਹੋ ਤੇ ਸਿੱਟੀਆਂ ਵੀ ਮਾਰ ਸਕਦੇ ਕਿਸੇ ਨੂੰ ਕੀ ਪਤਾ ਕੀ ਹੋ ਰਿਹਾ ਮੇਰੇ ਦੋਨੋਂ ਡਾਟਰਸ ਵੀ ਡਲ ਗਈਆਂ ਸਨ ਜੇ ਛੋਟੀ ਹੈ ਉਹਨੂੰ ਕਦੀ ਬਾਲੀਵੁੱਡ ਦਾ ਕੁਛ ਖਾਸ ਅੰਦਾਜ਼ਾ ਨਹੀਂ ਸੀ ਸਮਾਨ ਨੂੰ ਮਿਲਣ ਦੇ ਬਾਅਦ ਉਹ ਹੁਣ ਬਾਲੀਵੁੱਡ ਫੈਨ ਬਣ ਗਈ ਵੈਰੀ ਨਾਈਸ ਪਲੀਜ਼ ਉਹਨਾਂ ਨਾਮ ਦੱਸੋ ਮਹਿਮਾ ਚਲੋ ਮਹਿਮਾ ਰੀਮਾ ਹਾਂ ਰੀਮਾ ਦਾ ਤਾਂ ਮੈਨੂੰ ਪਤਾ ਹੈ ਲੇਕਿਨ ਮਹਿਮਾ ਜਿਹੜਾ ਕਿ ਬੇਟਾ ਦੇਰ ਆਏ ਦਰੁਸਤ ਆਏ ਸਲਮਾਨ ਖਾਨ ਤੋਂ ਬੈਸਟ ਤੁਹਾਡੀ ਬਾਲੀਵੁੱਡ ਦੇ ਵਿੱਚ ਐਂਟਰੀ ਕੀ ਹੋ ਸਕਦੀ ਰਾਈਟ ਕਿ ਅਗਰ ਤੁਸੀਂ ਬਾਲੀਵੁੱਡ ਪਸੰਦ ਕਰਨ ਲੱਗ ਪਏ ਹੋ ਹਾਂ ਬਟ ਆਪਾਂ ਸ਼ੋਅ 'ਚ ਅੱਗੇ ਕੀ ਹੋਣਾ ਹੈ ਹੋਰ ਕੀ ਕਰਾਂਗੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਹਾਏ ਮਾਈ ਨੇਮ ਇਜ਼ ਕੁਲਦੀਪ ਗਿੱਲ ਆਮ ਬ੍ਰੋਕਰ ਆਫ ਸਕਾਈ ਰਿਅਲਟੀ The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Aagi dil ki dhadkan is baar jab hum honge US and Canada mein iska matlab ye hua ke swag se swagat karna पड़ेगा ही आपको हमारा स्वागत स्वैग से करेंगे सबका स्वागत स्वागत स्वागत
स्वागत स्वागत जाएगी दिल की धड़कन इस बार जब हम होंगे यूएस एंड कनाडा में, इसका मतलब ये हुआ कि स्वैग से स्वागत करना पड़ेगा ही आपको हमारा। A woman shows her personality through the clothes she wears. Some days she's feeling simplistic, so she'll wear a suit. Other days she's feeling extra and sexy, so she'll put on a sari. Thank God for Sonia Ahuja, who's bringing an exhibition here of her clothing line. She is a fashion designer from New Delhi, India, and she's coming here for 2 days to showcase her clothing line. She'll be here at Fairfax Marriott at Fair Oaks, Virginia on June 30th and July 1st from 11:30 a.m. to 6:30 p.m. Her clothing line consists of suits, lehengas, sharadas, ghagras, capes, jackets, blouses, and most importantly, patiala suits. Come to her showcase on June 30th and July 1st. वेलकम बैक गाइस, तुसीं देख रहे हो और सुन रहे हो जस्ट चिल विद मिस्टर एंड मिसेस गिल। सुन इस करके रहे हो क्योंकि ये प्रोग्राम साडा रेडियो ते भी जांदा जी, सो डेफिनेटली मस्ट तुसीं करना की है जी, ऐप डाउनलोड करनी है, उहदा नाम है माई टीवी रेडियो। फ्री ऐप है, कंप्लीटली टोटली फ्री हैगा। उहदे च दो मजे ने, एक हैगा रेडियो, एक हैगा टीवी। सो एक ऐप दे विच तुसीं दो मजे लै सकदे हो। ते हुण असीं वापस आने आ, साडा अज दा की टॉपिक सी, अज दा टॉपिक हैगा जी दबंग दी रीलोडेड टूर। ते असीं हुण गलबात करांगे भाजी, तो असीं भाजी नूं मैं पुछना चाहूंगा कि तुहानूं की ऐसा लग्या कि सलमान दा शो होणा चाहीदा? एक्चुअली सलमान दा शो हर 2 साल बाद आंदा कि होणा चाहीदा एक्चुअली, क्योंकि ओह ਬੰਦਾ ਐਸਾ ਹੈ, ਇੱਕ ਤਾਂ ਵਧੀਆ ਬੰਦਾ ਹੈ। ਯੈਸ, ਉਹਨੂੰ ਕੋਈ ਹੈ ਨਹੀਂ ਕਿ ਬਈ ਕਿਸੇ ਨੇ ਕੁਛ ਕਹਿਣਾ। ਬਸ ਉਹ ਕਹਿੰਦਾ ਬਸ ਐਂਟਰਟੇਨਮੈਂਟ ਕਰ ਦਿਓ। ਜਿਸ ਤਰ੍ਹਾਂ ਅਟਲਾਂਟਾ 'ਚ ਸੀਗਾ, ਕੋਈ ਬੰਦਾ ਬੋਰ ਹੋ ਰਿਹਾ ਸੀ, ਉਹਨੂੰ ਉਸੇ ਬੰਦੇ ਨੂੰ ਸਟੇਜ 'ਤੇ ਬੁਲਾ ਕੇ ਡਾਂਸ ਕਰਾ ਦਿੱਤਾ। ਅਤੇ ਉਸ ਤਰ੍ਹਾਂ ਇਸ ਤਰ੍ਹਾਂ ਚੀਜ਼ਾਂ ਕਰਦਾ, ਤਾਂ ਉਹਦੇ ਨਾਲ ਕਦੇ ਵੀ ਡਲ ਮੂਮੈਂਟ ਹੁੰਦਾ ਨਹੀਂ ਹੈ। ਹੁਣ 2-3 ਘੰਟੇ ਮੈਂ ਉਹਦੇ ਨਾਲ ਗੱਲ ਕਰਦਾ ਰਿਹਾ, ਪਿਛਲੀਆਂ ਗੱਲਾਂ ਅਤੇ ਨਵੀਂ ਗੱਲਾਂ, ਪਤਾ ਨਹੀਂ ਚੱਲਿਆ ਕਿ 3 ਘੰਟੇ ਬੀਤ ਗਏ ਗੱਲਾਂ ਕਰਦੇ ਕਰਦੇ। ਵਾਹ, ਉਹ ਵੀ ਖੁਸ਼ ਸੀ ਮੈਨੂੰ ਦੇਖ ਕੇ, ਮੈਂ ਵੀ ਉਹਨੂੰ ਖੁਸ਼ ਸੀ ਦੇਖ ਕੇ। ਅਤੇ ਤੁਸੀਂ ਉਹਦੇ ਨਾਲ ਬਹੁਤ ਪਹਿਲਾਂ ਤੋਂ ਕੰਮ ਕਰ ਰਹੇ ਹੋ, ਲਾਈਕ 94 ਤੋਂ ਤੁਸੀਂ ਦੋਵੇਂ ਇਕੱਠੇ ਕੰਮ ਕਰ ਰਹੇ ਹੋ? 93 ਤੋਂ ਸਭ ਤੋਂ ਪਹਿਲਾ ਸ਼ੋਅ ਹੀ ਮੇਰਾ ਸਲਮਾਨ ਅਮੀਰ ਖਾਨ ਔਰ ਧਰਮਿੰਦਰ ਦਾ ਸੀਗਾ। ਵਾਹ, ਉਹ ਤੋਂ ਬਾਅਦ ਜਿੰਨੇ ਵੀ ਆਏ ਨੇ, ਮੈਂ ਹੀ ਕੀਤੇ ਨੇ। 12 ਸਾਲ ਪਹਿਲੇ ਵੀ ਮੈਂ ਹੀ ਕੀਤਾ ਸੀ ਡੀ ਸੀ ਏਰੀਆ 'ਚ, ਅਤੇ ਅੱਜ ਵੀ ਫਿਰ ਦੁਬਾਰਾ ਸ਼ੋਅ ਬਿਜ਼ਨਸ ਦੀ ਸਟਾਰ ਸ਼ੋਅ ਦੀ ਫਿਰ ਸਲਮਾਨ ਦੇ ਨਾਲ ਹੈ। Very nice. I know ਤੁਸੀਂ ਬਹੁਤ ਸ਼ੋਅ ਕੀਤੇ ਨੇ, ਆਈ ਮੀਨ ਲਿਟਰਲੀ ਜਿਹੜੇ ਕਿ ਪੁਰਾਣੇ ਹੈਗੇ ਨੇ 90s ਦੇ ਬੰਦੇ। ਅਗਰ ਕੋਈ ਸਟਾਰ ਇੱਥੇ ਆ ਰਿਹਾ ਤਾਂ ਉਹ ਵਿਜੇ ਤਨੇਜਾ ਸਾਹਿਬ ਲੈ ਕੇ ਆ ਰਹੇ ਨੇ। ਇਹ ਇੱਕ ਪੈਟਰਨ ਚੱਲਦਾ ਰਿਹਾ ਸੀਗਾ ਕਿ ਤੁਹਾਡੇ ਸ਼ੋਅਜ਼ ਦਾ, ਔਰ ਮੈਨੂੰ ਲੱਗਦਾ ਦੁਬਾਰਾ ਇਹ ਸਿਲਸਿਲਾ ਫਿਰ ਸ਼ੁਰੂ ਹੋਣ ਲੱਗਿਆ। ਮੈਨੂੰ ਲੱਗਦਾ ਵਿਜੇ ਜੀ ਵੀ ਦਬੰਗ ਕਹਿ ਕੇ ਨਾ ਸ਼ੋਅ ਇੰਡਸਟਰੀ 'ਚ ਦੁਬਾਰਾ ਛਾਲ ਮਾਰ ਕੇ ਆ ਗਏ। ਨਹੀਂ, ਅੱਜ ਕੱਲ੍ਹ ਤਾਂ ਮੈਂ ਦੇਖਿਆ, ਅੱਜ ਕੱਲ੍ਹ ਇਹਨਾਂ ਦਾ ਕੌਨਫੀਡੈਂਸ ਲੈਵਲ ਬੜਾ ਹਾਈ ਹੋਇਆ। ਅੱਜ ਕੱਲ੍ਹ ਲਾਈਵ ਵੀਡੀਓਜ਼ ਵੀ ਪਾ ਰਹੇ ਨੇ ਵਿਚ ਇਜ਼ ਗੁੱਡ। ਤੁਹਾਡੇ ਕੋਲ ਸਿੱਖਿਆ ਨਾ? ਹਾਂ, ਨਹੀਂ ਮਾਈ ਟੀਵੀ ਤਾਂ ਆਉਂਦੇ ਰਹੋਗੇ ਅਤੇ ਡੈਫੀਨੇਟਲੀ ਹੋਰ ਬੜਾ ਕੁਝ ਸਿੱਖੋਗੇ ਤੁਸੀਂ। ਅਤੇ ਇਹ ਟੀਮ ਵਰਕ ਹੈ ਭਾਜੀ, ਕੁਛ ਅਸੀਂ ਸਿੱਖ ਰਹੇ ਹਾਂ ਤੁਹਾਡੇ ਤੋਂ, ਕੁਛ ਅਸੀਂ ਤੁਸੀਂ ਸਿੱਖੋਗੇ। ਅਸੀਂ ਵੀ ਬੜਾ ਕੁਛ ਸਿੱਖਿਆ, ਆਈ ਮੀਨ ਮੈਂ ਭਾਜੀ ਤੋਂ ਬੜਾ ਕੁਛ ਸਿੱਖਿਆ ਹੈਗਾ। ਇਨਫੈਕਟ ਇਹ ਸ਼ੋਅਜ਼ ਤੋਂ ਇਲਾਵਾ ਇਹ ਮੋਰਗੇਜ ਇੰਡਸਟਰੀ ਨੂੰ ਵੀ ਰਿਲੇਟ ਕਰਦੇ ਨੇ। ਔਰ ਜਦੋਂ ਮੈਂ ਪਹਿਲੀ ਵਾਰੀ ਅਪਰੇਜ਼ਲ, ਮੈਨੂੰ ਔਰਡਰ ਆਇਆ ਸੀਗਾ ਇਹਨਾਂ ਦੀ ਕੰਪਨੀ 'ਚੋਂ ਆਇਆ ਸੀਗਾ, ਔਰ ਇਹਨਾਂ ਨੇ ਮੇਰਾ ਮਤਲਬ ਕਿ 6 ਮਹੀਨੇ ਇਹਨਾਂ ਨੇ ਮੇਰਾ ਉਹ ਮੇਰਾ ਜਲੂਸ ਕੱਢਿਆ ਨਾ। ਇੱਦਾਂ ਨਹੀਂ ਕਹਿੰਦਾ, ਲੇਕਿਨ ਇਹ ਕਹਿੰਦਾ ਕਿ ਇੰਨਾ ਇੰਨੇ ਸਟ੍ਰਿਕਟ ਸੀਗੇ, ਇੰਨੇ ਕੁ ਸਟ੍ਰਿਕਟ ਸੀਗੇ ਕਿ ਇਹਨਾਂ ਨੇ ਆ ਨਹੀਂ ਰਿਪੋਰਟ, ਆ ਨਹੀਂ ਰਿਪੋਰਟ, ਮਤਲਬ ਬੈਂਕ ਦੀ ਜਿਹੜੀ ਹੈ ਰਿਕੁਆਇਰਮੈਂਟ। ਮੈਨੂੰ ਲੱਗਦਾ ਜਿੰਨੀਆਂ ਵੀ ਕਮੀਆਂ ਬੰਦਾ ਕਿਸ 'ਚ ਕੱਢ ਸਕਦਾ ਨਾ, ਇਹਨਾਂ ਨੇ ਉਹ ਸਾਰੀਆਂ ਕੱਢੀਆਂ। ਲੇਕਿਨ ਮੈਨੂੰ ਇਹਨਾਂ ਨੇ ਇੱਕ, ਤਦੋਂ ਇਹਨਾਂ ਨੇ ਬਾਅਦ 'ਚ ਪਤਾ ਲੱਗਿਆ ਕਿ ਇਹਨਾਂ ਨੇ ਮੈਨੂੰ ਇੱਕ ਪਰਫੈਕਟ ਅਪਰੇਜ਼ਰ ਬਣਾ ਕੇ ਮਾਰਕੀਟ 'ਚ ਖੜਾ ਕਰਤਾ ਜੀ। ਸੋ ਜਿੰਨੀਆਂ ਕਮੀਆਂ ਸੀ ਇਹਨਾਂ ਨੇ, ਕਮੀਆਂ ਨੇ ਇਹਨਾਂ ਨੇ ਆਪੇ ਹੀ ਚੁਣ ਚੁਣ ਕੇ ਇਹਨੂੰ ਐਜ ਠੀਕ ਕਰੀ ਦਾ, ਇਹਨੂੰ ਐਜ ਠੀਕ ਕਰੀ ਦਾ। ਕਮੀਆਂ ਬਚੀਆਂ ਹੀ ਨਹੀਂ, ਕਮੀਆਂ ਨਹੀਂ ਬਚੀਆਂ ਤਾਂ ਫਿਰ ਮਿਸਟਰ ਪਰਫੈਕਟ ਬਣ ਕੇ ਆ ਗਏ ਨੇ, ਰਾਈਟ? ਹਾਂ। ਸੋ ਚਲੋ, ਮੈਨੂੰ ਤਾਂ ਤੁਹਾਡੇ ਇਸ ਜਰਨੀ ਦਾ ਮੈਨੂੰ ਨਹੀਂ ਪਤਾ, ਯੂ ਨੋ, ਉਸ ਟਾਈਮ ਦਾ, ਲੇਕਿਨ ਇੰਨਾ ਜ਼ਰੂਰ ਪਤਾ, ਹਾਂ ਸਲਮਾਨ ਦਾ ਪਤਾ। ਨਹੀਂ, ਹੋਰ ਵੀ ਬਥੇਰੇ ਸ਼ੋਅ ਹੁੰਦੇ ਰਹੇ ਸੀ ਮੀਕਾ ਦੇ ਜਾਂ ਦਲੇਰ, ਜਦੋਂ ਇਕੱਠੇ ਆਏ ਨੇ ਉਦੋਂ ਸ਼ਾਹਰੁਖ ਦੇ ਨਾਲ ਮੀਕਾ, ਦਲੇਰ ਔਰ ਜੂਹੀ ਚਾਵਲਾ,
ਮੈਨੂੰ ਯਾਦ ਹੈ ਉਹ ਆਪਾਂ ਦੁਬਾਰਾ ਸ਼ੋਅ ਕੀਤਾ ਸੀ, ਇੱਕ ਮਹੀਨੇ ਦੇ ਵਿੱਚ ਆਪਾਂ ਦੁਬਾਰਾ ਸ਼ੋਅ ਕੀਤਾ ਸੀ। ਪਹਿਲਾ ਸੀਗਾ ਸ਼ਾਹਰੁਖ ਖਾਨ ਸ਼ੋਅ ਹੈ ਪੂਰੀ ਹਿਸਟਰੀ ਜੀ, ਜਿੱਥੇ ਦਲੇਰ ਮਹਿੰਦੀ ਤੇ ਸ਼ਾਹਰੁਖ ਖਾਨ ਇੱਕੋ ਸਟੇਜ ਤੇ। ਬਿਲਕੁਲ ਬਿਲਕੁਲ। ਔਰ ਹਾਲਾਂਕਿ ਉਸ ਤੋਂ ਪਹਿਲਾਂ ਸ਼ੋਅ ਹੋ ਚੁੱਕਿਆ ਸੀ, ਫਿਰ ਦੁਬਾਰਾ ਤੁਸੀਂ ਉਸ ਵਿਦ ਇਨ ਅ ਮੰਥ ਕੀਤਾ ਸੀਗਾ। ਹਾਂ ਦਲੇਰ ਕਹਿੰਦਾ ਕਿ ਭਾਜੀ ਮੇਰਾ ਹੋਰ ਸ਼ੋਅ ਕਰੋ ਤੁਸੀਂ ਚੰਗਾ ਕਰ ਰਹੇ ਹੋ। ਤੇ ਕੀਤਾ ਮੈਂ ਕਿਹਾ ਅਗਲੇ ਸ਼ੋਅ 'ਚ ਮੈਂ ਥੋੜ੍ਹੇ ਚੇਂਜਸ ਕਰਾਂਗਾ। ਉਹਨੂੰ ਨਹੀਂ ਪਤਾ ਸੀ ਕਿ ਮੈਂ ਸ਼ਾਹਰੁਖ ਖਾਨ ਨੂੰ ਗੱਲ ਕਰ ਚੁੱਕਿਆ। ਵਾਓ, ਤੁਹਾਨੂੰ ਸਰਪ੍ਰਾਈਜ਼ ਦਿੱਤਾ ਸੀ ਤੇ ਫਿਰ ਉਹ ਵੀ ਖੁਸ਼, ਦੁਨੀਆ ਵੀ ਖੁਸ਼। ਬਹੁਤ ਕਮਾਲ ਸ਼ੋਅ ਸੀ ਜੀ, ਮੈਂ ਉਹ ਸਾਰੇ ਸ਼ੋਅਜ਼ ਇਹਨਾਂ ਦੇ ਵੇਖੇ ਨੇ। ਔਰ ਮੈਂ ਕਹਾਂਗੀ ਕਿ ਰਿਸਕ ਟੇਕਰ ਨੇ, ਮੈਂ ਕਹਾਂਗੀ ਹੈਟਸ ਆਫ ਟੂ ਹਿਮ ਕਿ ਕੋਈ ਵੀ ਪ੍ਰਮੋਟਰ ਇੱਕ ਮਹੀਨੇ ਦੇ ਵਿੱਚ ਅਗੇਨ ਉਹੀ ਆਰਟਿਸਟ ਨੂੰ ਨਹੀਂ ਪਾਉਂਦਾ, ਬਟ ਹੀ ਇਜ਼ ਅ ਰਿਸਕ ਟੇਕਰ। ਅਤੇ ਇਨਸਾਨ ਉਹੀ ਕਾਮਯਾਬ ਹੁੰਦਾ ਜਿਹੜੇ ਰਿਸਕ ਲੈਂਦੇ ਨੇ, ਜਿਹੜੇ ਕਹਿਣਗੇ ਜੇ ਅਸੀਂ ਸਮੁੰਦਰ ਪਾਰ ਕਰਨਾ ਤਾਂ, ਲੇਕਿਨ ਸਮੁੰਦਰ 'ਚ ਉਤਰਨਾ ਹੀ ਨਹੀਂ ਹੈਗਾ ਤਾਂ ਤੁਸੀਂ ਪਾਰ ਹੀ ਨਹੀਂ ਕਰ ਸਕਦੇ। ਅੱਛਾ, ਕਈ ਤਾਂ ਪਤਾ ਕੀ ਕਰਦੇ ਨੇ, ਅਗਲਾ ਉਤਰਨ ਡਿਆ ਨਾ ਉਹਦੇ ਬਾਰੇ ਐਸੀ ਅਫਵਾਹ ਚਲਾ, ਆਪ ਉਤਰਨਾ ਨਹੀਂ, ਆਪ ਤਰਨਾ ਵੀ ਨਹੀਂ, ਲੇਕਿਨ ਅਗਲੇ ਦੇ ਬਸ ਮੇਕ ਸ਼ੋਰ ਕਰਦੇ ਨੇ ਕਿ ਅਗਲੇ ਦੀ ਕਿਸ਼ਤੀ ਡੁੱਬੇ ਹੀ ਡੁੱਬੇ। ਸੋ ਇਹੋ ਜਿਹੇ ਬੰਦੇ ਨੇ, ਬਈ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ, ਬੁਰਾ ਨਾ ਕਰੋ। ਇੰਡਸਟਰੀ ਐਸੀ ਹੈ, ਵਕਤ ਦਾ ਕੋਈ ਪਤਾ ਨਹੀਂ ਹੈਗਾ ਕਿਹਦੇ 'ਤੇ ਕੈਸਾ ਆ ਜਾਏ, ਰੱਬ ਤੋਂ ਡਰ ਕੇ ਰਹੋ। ਔਰ ਮੈਂ ਕਹਿੰਦਾ ਇੰਜੋਇਮੈਂਟ ਲੈ ਕੇ ਆ ਰਿਹਾ, ਸਲਮਾਨ ਲੈ ਕੇ ਆ ਰਿਹਾ, ਇੰਜੋਏ ਕਰੋ ਜ਼ਿੰਦਗੀ 'ਚ ਹੈ ਕਿ ਚਿੱਲ ਕਰੋ ਸਾਡੇ ਨਾਲ ਬਹਿ ਕੇ, ਅਸੀਂ ਚਿੱਲ ਹੀ ਕਰਨ ਦੇ ਤੇ ਬੈਠੇ। ਅੱਛਾ, ਹੁਣ ਇੱਕ ਮਸਾਲੇ ਵਾਲੀ ਗੱਲ ਪੁੱਛਦੇ ਹਾਂ। ਹੁਣ ਤੁਸੀਂ ਜਦੋਂ ਸ਼ੋਅ ਵੇਖਿਆ ਉੱਥੇ ਐਟਲਾਂਟਾ 'ਚ ਵੇਖਿਆ ਤੁਸੀਂ ਲਾਈਵ, ਠੀਕ ਹੈ, ਅਤੇ ਉੱਥੇ ਇੰਨੇ ਸਾਰੇ ਆਰਟਿਸਟ ਜਦੋਂ ਆਉਂਦੇ ਨੇ ਅਤੇ ਕੋਈ ਕਿੰਨਾ ਟਾਈਮ ਲੈ ਰਿਹਾ ਪਬਲਿਕ ਨਾਲ, ਕੋਈ ਕਿੰਨਾ ਟਾਈਮ ਲੈ ਰਿਹਾ, ਅਤੇ ਉਹਨਾਂ ਨੂੰ ਆਪਸ 'ਚ ਪ੍ਰੋਬਲਮ ਨਹੀਂ ਹੁੰਦੀ ਕਿ ਲੈ ਸਾਰਾ ਟਾਈਮ ਤਾਂ ਇਹੀ ਸਭ ਕੁਝ ਕਰ ਗਿਆ ਤਾਂ ਮੈਂ ਕੀ ਕਰਾਂਗਾ ਹੁਣ? ਭਾਈ ਉਹ ਤਾਂ ਜੇ ਤਾਂ ਹੀ ਤੁਹਾਨੂੰ ਦਬੰਗ ਕਿਹਾ, ਦਬੰਗ ਸੁਲਤਾਨ ਆਫ ਬਾਲੀਵੁੱਡ ਦੇ ਨਾਲ ਹੈ, ਤਾਂ ਜੋ ਕਹਿੰਦਾ ਉਹੀ ਹੁੰਦਾ। ਵਾਹ, ਉਹ ਕਹਿੰਦਾ ਤੁਹਾਡੇ 10 ਮਿੰਟ ਤਾਂ ਉਹ 10 ਮਿੰਟ ਹੀ। ਅੱਛਾ, ਇਹ ਵੈਸੇ ਬੰਦਾ ਬਹੁਤ ਅੱਛਾ ਹੈ, ਉਹਨੂੰ ਪਤਾ ਹੈ ਕਿ ਸਾਨੂੰ ਇਕੁਅਲ ਟਾਈਮ ਦਿੰਦਾ ਹੈ ਕਿ ਭਾਈ ਤੁਸੀਂ ਵੀ ਚਮਕੋ। ਵਾਹ, ਹਾਂ ਇਹ ਗੱਲ ਹੈ, ਜਿੰਨਾ ਕੁ ਮੈਂ ਕਦੀ ਮਿਲਿਆ ਵੀ ਨਹੀਂ, ਪੜ੍ਹਿਆ ਹੀ ਹੈ ਕੁਲਦੀਪ ਨੇ ਤਾਂ, ਮੈਂ ਤਾਂ ਫਿਲਮਾਂ 'ਚ ਹੀ ਦੇਖਿਆ ਉਹਨੂੰ, ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨੂੰ ਲਾਈਵ ਵੀ ਦੇਖਿਆ। ਸਰ ਐਤਕੀ ਸ਼ਾਇਦ ਮੌਕਾ ਮਿਲੇਗਾ, ਐਤਕੀ ਸ਼ਾਇਦ ਮੌਕਾ ਲੱਗੇਗਾ ਕਿ ਸ਼ਾਇਦ ਉਹਨੂੰ ਦੂਰੋਂ ਦੇਖ ਲਈ ਅਸੀਂ, ਲੇਕਿਨ ਵੀ ਵਿਲ ਇੰਜੋਏ ਦਾ ਸ਼ੋਅ। ਇਸ ਕਰਕੇ ਕਹਿ ਰਹੇ ਕਿ ਸਲਮਾਨ ਖਾਨ ਜਾਂ ਦੁਬਾਰਾ ਪਤਾ ਕਦੋਂ ਵਕਤ ਕਿਹਦੇ ਕੋਲ ਹੈਗਾ, ਸਾਡੇ ਕੋਲ ਹੈਗਾ, ਅਗਲੇ ਕੋਲ ਹੈਗਾ, ਟਿਕਟਾਂ ਲਓ, ਆ ਕੇ ਸ਼ੋਅ ਇੰਜੋਏ ਕਰੋ। ਪਲੱਸ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਪੂਰੀ ਟੀਮ ਹੈ, ਮੁੜ ਕੇ ਪਤਾ ਨਹੀਂ ਹੋ ਸਕਦਾ ਸਲਮਾਨ ਦੁਬਾਰਾ ਵੀ ਆਵੇ, ਗੁਰੂ ਰੰਧਾਵਾ ਦੁਆਰਾ ਆਵੇ, ਕਤਰੀਨਾ ਆਵੇ, ਲੇਕਿਨ ਜਿਹੜਾ ਇਹਨਾਂ ਦਾ ਇਹ ਸਾਰਿਆਂ ਦਾ ਜਿਹੜਾ ਗਰੁੱਪ ਹੈ ਉਹ ਵਨ ਆਫ ਦੀ ਬੈਸਟ ਮੈਂ ਕਹਾਂਗੀ ਸੋ ਫਾਰ। ਹਾਲੇ ਮੈਂ ਅਮੋਲਸ ਆਫ ਬਾਲੀਵੁੱਡ ਲਵਰ, ਅਤੇ ਮੈਂ ਕੋਈ ਵੀ ਕੌਂਸਰਟ ਕੋਈ ਵੀ ਚੀਜ਼ ਨਹੀਂ ਛੱਡਦੀ, ਮਿਸ ਨਹੀਂ ਕਰਦੀ, ਅਤੇ ਇਹ ਮੈਂ ਡੈਫੀਨੇਟਲੀ ਰਿਕਮੈਂਡ ਕਰਾਂਗੀ ਅਤੇ ਇਹਨੂੰ ਜ਼ਰੂਰ 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 ਵਾਚ ਕਰੋ। ਅਗਰ ਤੁਸੀਂ ਨਹੀਂ ਵੀ ਜਾਣਾ ਚਾਹੁੰਦੇ, ਇਫ ਯੂ ਆਰ ਅ ਬੋਰਿੰਗ ਪਰਸਨ, ਦੈਨ ਮਸਟ ਗੋ, ਬਿਕੋਜ਼ ਮੋਨੀ ਗਿੱਲ ਕਹਿ ਰਹੀ ਹੈ ਕਿਉਂਕਿ ਇਟਸ 100% ਇੰਟਰਟੇਨਮੈਂਟ। ਅਤੇ ਭਾਅ ਜੀ ਇੰਟਰਟੇਨਮੈਂਟ ਦੀ ਗੱਲ ਚੱਲੀ ਹੈ ਤਾਂ ਮੈਨੂੰ ਦੱਸੋ ਕਿ ਇਹਨੂੰ ਟਿਕਟਸ ਕਿਸ ਤਰ੍ਹਾਂ ਬਾਏ ਕਰ ਸਕਦੇ ਨੇ ਲੋਕ? ਟਿਕਟਸ ਤੁਸੀਂ ਬਾਏ ਕਰ ਸਕਦੇ ਹੋ ਮੇਰੇ ਆਫਿਸ ਦੇ ਥਰੂ, ਮੈਨੂੰ ਫੋਨ ਕਰਕੇ, ਜਾਂ ਫਿਰ ਵੈਬਸਾਈਟ ਤੇ ਬਾਲੀਵੁੱਡ.com। ਓਕੇ, ਬਾਲੀਵੁੱਡ ਆਪਸ ਅਵੇਲੇਬਲ ਹੈਗੇ ਨਾ, ਟੂ ਮੇਕ ਇਟ ਕਨਵੀਨੀਅੰਟ। ਮੈਂ ਤੁਹਾਡਾ ਨੰਬਰ ਦੇ ਰਿਹਾ। ਹਾਂਜੀ, ਲੋ ਜੀ, ਤੁਸੀਂ ਕਾਲ ਕਰ ਸਕਦੇ ਹੈਗੇ ਹੋ ਵਿਜੇ ਤਨੇਜਾ ਜੀ ਨੂੰ, ਕੰਟੈਕਟ ਕਰ ਸਕਦੇ ਹੋ। ਸ਼ਕਲ ਤੁਸੀਂ ਵੇਖ ਲਈ ਹੈ, ਹੁਣ ਮੁਕਰ ਵੀ ਨਹੀਂ ਸਕਦੇ ਕਿ ਮੈਂ ਹੀ ਹਾਂ। ਸੋ ਨੰਬਰ ਹੈਗਾ 703-352-5800, 703-352-5800, ਅਤੇ ਕਾਲ ਕਰਕੇ ਤੁਸੀਂ ਟਿਕਟ ਲੈ ਸਕਦੇ ਹੋ। ਔਰ ਔਨਲਾਈਨ ਤਾਂ ਜਿਵੇਂ ਇਹਨਾਂ ਦੱਸਿਆ ਕਿ ਔਨਲਾਈਨ 'ਤੇ ਵੀ ਬਾਏ ਕਰ ਸਕਦੇ ਹੋ, ਬਾਈ ਚਾਂਸ ਫੋਰ ਸਮ ਰੀਜ਼ਨ ਇਹਨਾਂ ਦੇ ਫੋਨ ਇੰਨੇ ਬਿਜ਼ੀ ਹੋ ਜਾਣ, ਤੁਸੀਂ ਮਾਈ ਟੀਵੀ ਨੂੰ ਕਾਲ ਕਰ ਸਕਦੇ ਹੋ, ਤੁਸੀਂ ਮੋਬਾਈਲ ਨੂੰ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮਾਈ ਟੀਵੀ 'ਤੇ ਕਾਲ ਕਰ ਸਕਦੇ, ਐਂਡ ਵੀ ਵਿਲ ਮੇਕ ਸ਼ੋਰ ਦੈਟ ਯੂ ਗਾਇਸ ਗੈਟ ਦ ਟਿਕਟਸ ਵਾਟ ਯੂ ਆਰ ਲੁਕਿੰਗ ਫੋਰ ਜੀ। ਔਰ ਇਸ ਇੰਟਰਟੇਨਮੈਂਟ ਐਟਲਾਂਟਾ ਕਹਿ ਰਿਹਾ ਸੀ ਬਈ ਕਾਫੀ ਟਿਕਟਾਂ ਅਵੇਲੇਬਲ ਸੇਲ ਵਾਸਤੇ, ਜਿਸ ਦਿਨ ਸ਼ੋਅ ਆਇਆ ਹੈ ਉਸ ਦਿਨ ਇੱਕ ਵੀ ਟਿਕਟ ਨਹੀਂ ਸੀ, ਬੰਦੇ ਪੁੱਛ ਪੁੱਛ ਕੇ ਥੱਕ ਗਏ, ਸੋ ਟਿਕਟ ਚਾਹੀਦੀ ਹੈ, ਸੋਲਡ ਆਊਟ ਸੀ। ਇਸ ਤਰ੍ਹਾਂ ਸ਼ਿਕਾਗੋ 'ਚ ਹੋਇਆ, ਉਹ ਇਸ ਵਾਸਤੇ ਹੋਇਆ ਕਿ ਕੁਛ ਸਾਡੇ ਜਿਹੜੇ ਜਿਹਨੂੰ ਕਿ ਨੈਸਟੀ ਕੰਪੀਟੀਸ਼ਨ ਕਹੋ ਜਾਂ ਨੈਸਟੀ ਹਵਾ ਫੈਲਾਉਣ ਵਾਲੇ, ਉਹਨਾਂ ਨੂੰ ਵੀਜ਼ਾ ਨਹੀਂ ਮਿਲੇਗਾ, ਇਹ ਨਹੀਂ ਹੋਗਾ, ਉਹ ਨਹੀਂ ਹੋਗਾ, ਜਾਂ 3 ਸਿਟੀ ਐਡਵਰਟਾਈਜ਼ ਹੋ ਰਹੀ ਹੈ, ਬਾਕੀ ਨਹੀਂ ਹੋ ਰਹੀ, 9 ਸਿਟੀਆਂ ਸ਼ੋਅ ਹੋ ਰਿਹਾ ਜੀ, ਔਰ ਹਰ ਜਗ੍ਹਾ 'ਤੇ ਇਹਦਾ ਰਿਐਕਸ਼ਨ ਬਹੁਤ ਸਟਰੋਂਗ ਹੈਗਾ। ਅੱਜ ਤੀਜਾ ਸ਼ੋਅ ਹੈਗਾ, ਕੱਲ ਐਟਲਾਂਟਾ, ਫਿਰ ਸ਼ਿਕਾਗੋ, ਅੱਜ ਐਲਏ ਹੈਗਾ, ਹੁਣ ਆਉਣ ਵਾਲਾ ਫਰਾਈਡੇ ਡੈਲਸ ਹੋਏਗਾ ਟੈਕਸਸ, ਉਹ ਵੀ ਉਹ ਇੱਕ ਹਫ਼ਤਾ ਪਹਿਲੇ ਸੋਲਡ ਆਊਟ ਹੋ ਗਿਆ। ਵਾਓ, ਅਤੇ ਸਾਡਾ ਸ਼ੋਅ ਜੋ ਡੀਸੀ ਦਾ ਹੈ, ਲੋਕਾਂ ਦੀ ਗੱਲਾਂ ਨਾ ਸੁਣਨਾ, ਕਿਉਂਕਿ ਉਹ ਐਕਸਪਰਟ ਨਹੀਂ ਹੈਗੇ, ਉਹ ਸਿਰਫ ਬੇਵਕੂਫ ਲੋਕ ਹੈਗੇ ਨੇ, ਅਤੇ
अपनी सोचो अपने करो, शो देखना है तो जरूर आओ, वेलकम। टिकट अवेलेबल ने हर डिफरेंट डिफरेंट प्राइसेस दिया, कुछ घट है गए कुछ ज़्यादा है, लेकिन ये शो सेल आउट हो जाएगा। जी बिल्कुल सही कह रहा है, शो सेल आउट हो जाएगा। जैसे सलमान का एक डायलॉग है, प्लीज डोंट ट्रबल योर मदर, आप कहेंगे प्लीज डोंट ट्रबल एनीवन, यार जेड़ा जाके शो देखना चाहता है शो देखन दो, एंजॉय करन दो। जी ते होर भाजी दसो के शो तो पहला तुसी मिल गए सलमान जी, आई थिंक तुसी एयरपोर्ट ते सीगे। हां जरा आया सी, तो मैं नाल ही आया। या तुसी एयरपोर्ट ते सीगे, मैं तोडे देखी सी, तोडी भी वीडियो देखी सी, उतरदे होए ਉਹਨੂੰ ਤਾਂ ਕੁਝ ਨਜ਼ਰ ਨਹੀਂ ਆ ਰਿਹਾ ਸੀ, ਲੇਕਿਨ ਅਸੀਂ ਉੱਥੇ ਸੀ, ਥੱਕਿਆ ਹੋਇਆ ਸੀ 24 ਘੰਟੇ ਫਲਾਈਟ ਤੋਂ। ਮੈਂ ਉਹਦੇ ਪੋਸਟਰ ਜਦੋਂ ਇੰਡੀਆ ਤੋਂ ਚੜਿਆ ਉਹਨੇ ਫੋਟੋਆਂ ਪਾ ਦਿੱਤੀਆਂ ਸੀ ਕਿ ਮੈਂ ਪਲੇਨ ਚੜਨ ਲੱਗਾ। ਸੋ ਮਾਈ ਟੀਵੀ ਇੰਨਾ ਫੋਲੋ ਕਰ ਰਿਹਾ, ਉਹਨਾਂ ਨੇ ਪਲੇਨ 'ਚੋਂ ਵੀ ਇੱਕ ਵੀਡੀਓ ਕਲਿੱਪ ਬਣਾਇਆ, ਯੂ ਨੋ ਡੇਜ਼ੀ ਤੇ ਜੈਕਲਿਨ ਐਂਡ ਸਲਮਾਨ ਖਾਨ, ਤੇ ਉਹਦੇ 'ਚ ਵੀ ਉਹਨਾਂ ਨੇ ਉਹ ਸ਼ੇਅਰ ਕੀਤਾ ਜਿਹੜਾ ਕਿ ਅਸੀਂ ਪਬਲਿਕ ਦੇ ਥਰੂ ਭਾਜੀ ਦੇ ਪੇਜ 'ਤੇ ਸੀ, ਦੈਨ ਆਈ ਸ਼ੇਅਰ ਔਨ ਮਾਈ ਪੇਜ, ਤੇ ਉਹ ਪਬਲਿਕ ਨੇ ਦੇਖ ਲਿਆ ਹੋਣਾ ਕਿ ਹੀ ਇਜ਼ ਇਨ ਦਾ ਪਲੇਨ, ਤੇ ਲੋਕੀ ਅਗਰ ਕਹਿ ਰਹੇ ਨੇ ਇਹਨੂੰ ਵੀਜ਼ਾ ਨਹੀਂ ਮਿਲਿਆ, ਜਾਂ ਇਹ 2 ਸਾਲ ਪਹਿਲੇ ਆਇਆ ਥਾ, ਜਾਂ ਇਹ ਆਈਫਾ 'ਚ ਆਇਆ ਸੀ, ਜਾਂ ਇੱਦਾਂ ਦਾ ਆਰਟਿਸਟ ਹਰੇਕ ਕੋਈ ਨਾ ਕੋਈ ਕੁਛ ਕਰਨ ਵਾਸਤੇ ਆਉਂਦਾ, ਲੇਕਿਨ ਜਦੋਂ ਇੱਕ ਟੀਮ ਦੇ ਨਾਲ ਆਉਂਦਾ। ਕੰਮ ਕਰੋ, ਜਿੱਥੇ ਮਰਜ਼ੀ ਆਇਆ ਸੀ, ਵਾਸ਼ਿੰਗਟਨ ਡੀਸੀ 'ਚ ਤਾਂ ਨਹੀਂ ਆਇਆ ਸੀ, ਹੁਣ ਵਾਸ਼ਿੰਗਟਨ ਡੀਸੀ 'ਚ ਆ ਰਿਹਾ, ਹੁਣ ਐਸੇ ਡੀਐਮ ਵੀ ਅਸੀਂ ਕੀ ਕਰ ਸਕਦੇ ਹਾਂ? ਜੀ ਮੈਂ ਕਹਾਂਗੀ ਐਜ਼ ਅ ਡੀਐਮ ਵੀ ਸਾਨੂੰ ਐਸਾ ਵਾਰਮ ਵੈਲਕਮ ਦੇਣਾ ਚਾਹੀਦਾ ਹੈ, ਕਿਉਂਕਿ ਡੀਐਮ ਵੀ ਦੀ ਐਸੀ ਸਾਡੀ ਆਡੀਅੰਸ ਹੈਗੀ ਹੈ ਕਿ ਹਰ ਚੀਜ਼ ਇੰਜੋਏ ਕਰਦੀ ਹੈ, ਹਰ ਕਿਸਮ ਦਾ ਇਵੈਂਟ ਇੰਜੋਏ ਕਰਦੀ ਹੈ, ਅਤੇ ਆਈ ਐਮ ਪ੍ਰੀਟੀ ਸ਼ੋਰ ਕਿ ਅਗਰ ਤੁਸੀਂ ਅਗਰ ਕੋਈ ਅਫਵਾਹ ਸੁਣ ਰਹੇ ਹੋ ਜਾਂ ਤੁਹਾਨੂੰ ਲੱਗ ਰਿਹਾ ਕਿ ਕੁਛ ਤੁਹਾਡੇ ਮਿਸਅੰਡਰਸਟੈਂਡਿੰਗ ਹੈ, ਤਾਂ ਡੂ ਕਾਲ ਅਸ, ਜਾਂ ਮੋਨੀ ਨੂੰ ਜਾਂ ਕੁਲਦੀਪ ਨੂੰ ਕਾਲ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਇਸ ਪ੍ਰੋਗਰਾਮ ਦੇ ਬਾਰੇ। ਬਿਲਕੁਲ, ਮੇਰਾ ਫੋਨ 24 ਘੰਟੇ ਚੱਲਦਾ ਹੈ। ਹਾਂ ਬਿਲਕੁਲ, 24 ਘੰਟੇ ਸਾਡਾ ਵੀ ਚੱਲਦਾ ਹੈ ਔਰ ਸਾਰੇ ਕਾਲਾਂ ਨੂੰ ਰਿਟਰਨ ਕਰਦਾ। ਇਹ ਗੱਲ ਹੈਗੀ ਸੱਚੀ, ਇਹ ਗੱਲ ਬਿਲਕੁਲ ਸੱਚੀ ਹੈ ਜੀ, ਕਾਲ ਵਾਕਈ ਰਿਟਰਨ ਕਰ ਦਿੰਦੇ ਹਾਂ, ਕਿਉਂਕਿ ਮੈਂ ਜਦੋਂ ਵੀ ਇਹਨਾਂ ਕੋਈ ਕੁਸ਼ਚਨ ਹੋਵੇ ਤਾਂ ਮੈਂ ਬੱਕ ਕਰਦੀ ਰਹਿੰਦੀ ਹਾਂ, ਤਾਂ ਪੁੱਛਦੀ ਰਹਿੰਦੀ ਹਾਂ ਫਲਾਂ ਬੰਦੇ ਨੇ ਆ ਕਿਆ ਇੱਦਾਂ ਕੁਛ ਹੋ ਰਿਹਾ, ਨਹੀਂ ਨਹੀਂ ਕਹਿੰਦੇ ਬਿਲਕੁਲ ਫਿਕਰ ਨਾ ਕਰ, ਸ਼ੋ ਕੰਪਲੀਟਲੀ ਸਹੀ ਹੈ, ਬਿਲਕੁਲ ਪਰਫੈਕਟ ਚੱਲ ਰਿਹਾ, ਸੋ ਐਵਰੀਥਿੰਗ ਲਾਈਨਅਪ ਹੋਇਆ ਪਿਆ ਜੀ, ਅਸੀਂ ਸਿਰਫ ਵੇਟ ਕਰ ਰਹੇ ਹਾਂ ਕਿ ਜਿਹੜੀ ਸਾਡੀ ਆਡੀਅੰਸ ਹੈ ਉਹ ਆ ਕੇ ਇੰਜੋਏ ਕਰ ਸਕੇ। ਆਡੀਅੰਸ ਵਾਰ ਵਾਰ ਕਿਉਂ ਕਹਿ ਰਹੇ ਹਾਂ ਸਾਨੂੰ ਇੱਦਾਂ ਕਹਿਣਾ ਨਹੀਂ ਚਾਹੀਦਾ ਸੀ, ਲੇਕਿਨ ਅਫਵਾਹ ਮਾਰਕੀਟ ਦੇ ਵਿੱਚ ਐਸੀਆਂ ਉੱਡੀਆਂ ਨੇ ਕਿ ਜੀ ਇਹ ਸ਼ੋਅ ਨਹੀਂ ਹੋਏਗਾ ਜਾਂ ਟਿਕਟਾਂ ਨਹੀਂ ਵਿਕਣਗੀਆਂ ਜਾਂ ਫਲਾਂ ਹੋ ਜਾਏਗਾ ਜਾਂ ਫਲਾਂ ਹੋ ਜਾਏਗਾ, ਸੋ ਐਕਸਪੀਰੀਅੰਸ ਕਰੋ ਆ ਕੇ ਵੇਖੋ, ਔਰ ਅਗਰ ਕੋਈ ਪਹੁੰਚੇ ਹਸਤੀ ਹੋਣੀ, ਤਾਂਤਰਿਕ ਵਿੱਦਿਆ ਹੋਣੀ ਉਹਨਾਂ ਕੋਲ, ਕੋਈ ਰੱਬ ਦਾ ਅਸਰ, ਕੋਈ ਹੱਥ ਪੈਰ ਦੇਖਣ ਵਾਲੇ ਹੋਣੇ, ਜਿਹੜਾ ਸਾਨੂੰ ਇਹ ਨਹੀਂ ਪਤਾ ਸਾਡੇ ਨਾਲ ਹੁਣ 2 ਮਿੰਟ ਬਾਅਦ ਕੀ ਹੋਏਗਾ, ਉਹ ਜਿਹੜਾ ਫਿਰ ਹਫ਼ਤੇ ਦੀ ਪ੍ਰੈਡਿਕਸ਼ਨ ਕਰਕੇ ਬੈਠੇ ਹੋਏ ਨੇ। ਸੋ ਮੈਂ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਆਉਂਦੇ, ਫਿਰ ਅੱਗੇ ਚੱਲ ਰਹੇ। Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. करेंगे सबका स्वागत, स्वागत 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 स्वागत। थम जाएगी दिल की धड़कन इस बार जब हम होंगे यूएस एंड कनाडा में, इसका मतलब ये हुआ कि स्वैग से स्वागत करना पड़ेगा ही आपको हमारा। For more information, contact Lee Moni Gill, 571-232-9656.
ਵੈਲਕਮ ਬੈਕ ਗਾਇਸ, ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ, ਔਰ ਮਿਸਿਸ ਗਿੱਲ ਦੇ ਨਾਲ ਇੱਕ ਬੜੀ ਹੋਰ ਹਸਤੀ ਬੈਠੇ ਨੇ ਜੀ, ਵਿਜੇ ਤਨੇਜਾ ਜੀ. ਵਿਜੇ ਤਨੇਜਾ ਜੀ, ਬਹੁਤ ਬਹੁਤ ਸਵਾਗਤ ਹੈ ਅਗੈਨ ਮਾਈ ਟੀ ਵੀ 'ਤੇ. ਹੁਣ ਅਸੀਂ ਇਹ ਜਾਣਨਾ ਚਾਹਾਂਗੇ ਕਿ ਜਿਹੜਾ ਦਬੰਗ ਛੋਰ ਹੈਗਾ, ਇਹਦੇ ਵਿੱਚ ਇੱਕੋ ਹੀ ਸਿੰਗਰ ਪਾਇਆ ਤੁਸੀਂ, ਗੁਰੂ ਰੰਧਾਵਾ. ਐਕਚੁਅਲੀ ਦੋ ਸਰਪ੍ਰਾਈਜ਼ ਹੈਗੇ, ਦੋ ਸਿੰਗਰ ਹੋਰ ਹੈਗੇ. ਵਾਓ, ਆਈ ਐਮ ਗਲੈਡ ਮੈਂ ਆਸਕ ਕੀਤਾ ਇਹਨਾਂ ਨੂੰ. ਇੱਕ ਤਾਂ ਕਮਾਲ ਖਾਨ, ਸਲਮਾਨ ਦਾ ਫੇਵਰਿਟ ਆ ਉਹ. ਹਾਂ ਹਾਂ, ਆ ਜਾਨ ਜਾਨਾ ਤੋਲੀਏ ਨਾਲ ਨੱਚੇ ਜੀ, ਮੈਨੂੰ ਪੁੱਛੋ ਜੀ ਤੋਲੀਏ ਨਾਲ ਨੱਚੇ. ਅੱਛਾ, ਦੂਸਰਾ ਕੋਈ ਅਪਕਮਿੰਗ ਸਿੰਗਰ ਹੈਗਾ ਐਲੇ ਤੋਂ? ਓਕੇ, ਅੱਛਾ, ਦੈਟਸ ਗੁੱਡ. ਉਹ ਸ਼ੋਅ ਖੁੱਲਦਾ ਹੈ? ਓਕੇ, ਗ੍ਰੇਟ. ਚਲੋ ਜੀ, ਦੇਖੋ ਜੀ, ਇੱਕ ਹੋਰ ਨਵੀਂ ਚੀਜ਼ ਪਤਾ ਚੱਲੀ ਕਿ 8 ਨਹੀਂ ਹੈਗੇ, 10 ਲੋਕ. 10 ਲੋਕ, ਓ ਮਾਈ ਗੋਡ. ਦੇਖੋ ਜੀ, ਜਿਹੜੀ ਵੀ ਤੁਹਾਡੀ ਪਾਕਟ ਇਜਾਜ਼ਤ ਦਿੰਦੀ ਹੈ, ਡੂ ਬਾਈ ਯੋਰ ਟਿਕਟਸ. ਇਹ ਦਬਾਂਗੇ ਕਿ 10 ਕਾ ਦਮ ਹੈ? ਮੈਂ ਤਾਂ ਇਹ ਕਹਾਂਗੀ ਕਿ ਜਿਹੜੇ ਅਗਰ ਤੁਹਾਡੀ ਪਾਕਟ ਵੀ ਅਗਰ ਟਾਈਟ ਹੈ, ਤੇ ਇੱਕ ਆਈਡੀਆ ਦਿੰਨੀ ਆ. ਮੋਨੀ ਗਿੱਲ ਇਜ਼ ਆਲਵੇਜ਼ ਗੁੱਡ ਵਿਦ ਟਿਪਸ, ਰਾਈਟ, ਟੂ ਹਾਊ ਟੂ ਸੇਵ ਐਂਡ ਹਾਊ ਟੂ ਇੰਜੋਏ ਮੋਰ. ਤੇ ਜੀ, 4th of July ਆ ਰਹੀ ਹੈ, ਉਹਦੇ ਪੈਸੇ ਬਚਾਓ. ਜਿੰਨੇ ਪਟਾਕੇ ਦੇ ਪੈਸੇ ਵੇਸਟ ਕਰੋਗੇ ਅੱਗ ਚ ਫੂਕੋਗੇ, ਟਿਕਟ ਬਾਏ ਕਰੋ. ਅੱਛੀ ਟਿਕਟ ਬਾਏ ਕਰੋ, ਤੁਹਾਨੂੰ ਸਟੇਜ ਤੇ ਦਿਖਾਉਣਗੇ ਜੀ. ਇਵਨ ਕਿ ਤੁਸੀਂ VIP ਟਿਕਟ ਬਾਏ ਕਰ ਸਕਦੇ ਹੋ. ਸੇਵ ਮਨੀ ਐਂਡ ਸੇਵ ਇਨਵਾਇਰਮੈਂਟ. ਉਹੀ ਪਟਾਕਿਆਂ ਦੇ ਪੈਸੇ ਬਚਾਓ ਔਰ ਦਬੰਗ ਦੀ ਟਿਕਟ ਬਾਏ ਕਰੋ, ਰਾਈਟ. ਔਰ ਲਾਈਵ ਪਟਾਕੇ ਵੇਖੋ ਕਿ ਇੱਕ ਇੱਕ, ਇਹ ਤਾਂ ਯਾਰ ਬੌਂਬ ਹੈ, ਇਹ ਆਈਟਮ ਬੌਂਬਸ ਨੇ. ਦੀਜ਼ ਗਾਈਜ਼ ਆਰ ਈਚ ਐਂਡ ਐਵਰੀ ਵਨ, ਮੈਂ ਕਹਾਂਗੀ ਇਹ ਵਨ ਆਫ ਦੀ ਬੈਸਟ ਟੀਮ ਹੈ. ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਵਿਜੇ ਜੀ ਲੈ ਕੇ ਆ ਰਹੇ ਨੇ, ਇਸ ਕਰਕੇ ਕਹਿ ਰਹੀ ਹੈ ਕਿ ਆਮ ਆ ਬਾਲੀਵੁੱਡ ਲਵਰ. ਅਤੇ ਬਾਲੀਵੁੱਡ ਦੇ ਜਿੰਨੇ ਵੀ ਐਕਟਰ ਨੇ ਜਾਂ ਐਕਟਰੈਸਿਸ ਨੇ, ਆਲਵੇਜ਼ ਉਹਨਾਂ ਦੇ ਬਾਰੇ ਥੋੜ੍ਹੀ ਥੋੜ੍ਹੀ ਨੌਲੇਜ ਰੱਖਦੇ ਆ, ਕੌਣ ਕਿਸ ਤਰ੍ਹਾਂ ਦਾ ਬੰਦਾ ਹੈ, ਕੌਣ ਕਿਸ ਤਰ੍ਹਾਂ ਦਾ ਨਹੀਂ ਹੈ. ਔਰ ਲੱਕੀਲੀ ਆਲ ਆਫ ਦੈਮ, ਜਿੰਨੇ ਵੀ ਆਰਟਿਸਟ ਆ ਰਹੇ ਨੇ, ਫਰੋਮ ਨੀਸ਼ ਪਾਲ ਟੂ ਰੰਧਾਵਾ, ਗੁਰੂ ਰੰਧਾਵਾ, ਉਹ ਸਾਰੇ ਬਹੁਤ ਅੱਛੇ ਹਿਊਮਨ ਬੀਂਗ ਵੀ ਨੇ. ਮਤਲਬ, ਔਰ ਇਸ ਖਾਸ ਕਰਕੇ ਸ਼ੋਅ ਦੀ ਇੱਕ ਹੋਰ ਬਹੁਤ ਅੱਛੀ ਗੱਲ ਹੈ, ਐਮਸੀ ਜਿਹੜੇ ਨੇ ਪ੍ਰਭੂ ਦੇਵਾ ਨੇ, ਔਰ ਡਾਂਸ ਮਨੀਸ਼ ਪਾਲ ਕਰ ਰਿਹਾ. ਐਮਸੀ ਇਜ਼ ਰੀਅਲੀ, ਕਿਉਂਕਿ ਉਹ ਬੋਲਦਾ ਹੀ ਨਹੀਂ, ਪ੍ਰਭੂ ਦੇਵਾ ਬੋਲਦਾ ਹੀ ਨਹੀਂ. ਮੈਂ ਤਾਂ ਹੀ ਬੱਚਾ, ਰੀਅਲੀ, ਉਹ ਤਾਂ ਸਭ ਤੋਂ ਜ਼ਿਆਦਾ ਬੋਲਦਾ ਮਨੀਸ਼ ਪਾਲ ਨੂੰ ਬੁਲਵਾਇਆ. ਪ੍ਰਭੂ ਦੇਵਾ ਵੇਖਿਆ ਕਿ ਵਾਕਈ ਸਟਿਲ ਡਾਂਸ, ਔਰ ਬੁਢਾਪਾ ਥੋੜਾ ਜਿਹਾ ਆ ਗਿਆ ਹੈ ਕਿ ਕਿਦਾਂ ਸਟਿਲ ਇਨ ਪਰਫੈਕਟ, ਪੂਰਾ ਫਰਮ ਹੈ. ਉਹ ਤਾਂ ਸਲਮਾਨ ਨੂੰ ਵੀ ਸਟੇਜ ਤੇ ਨਚਾਉਂਦਾ ਬੰਦਾ. ਵਾਓ, ਹੀ ਇਜ਼ ਇੰਡੀਅਨ ਮਾਈਕਲ ਜੈਕਸਨ ਜੀ. ਜੇ ਤੁਸੀਂ ਮਾਈਕਲ ਜੈਕਸਨ ਦਾ ਕੰਪੇਅਰ ਕਰੋ, ਹੀ ਇਜ਼ ਇੰਡੀਅਨ ਮਾਈਕਲ. ਇਹਦਾ ਡਾਂਸ ਦੇਖਣ ਵਾਲਾ ਡਾਂਸ ਹੁੰਦਾ. ਇਹ ਪ੍ਰਭੂ ਦੇਵਾ ਇਕੱਲਾ ਹੀ ਵਰਥ ਇਟ ਹੈ, ਜਿਹੜੀ ਟਿਕਟ ਦੀ ਅਸੀਂ ਗੱਲ ਕਰ ਰਹੇ ਹਾਂ. ਅੱਛਾ, ਹੁਣ ਮੈਂ ਮਸਾਲੇ ਵਾਲੀ ਗੱਲ, ਠੀਕ ਹੈ, ਜਿਹੜੀ ਸਾਰੀ ਆਲ ਦੀ ਗਰਲਸ ਜਿਹੜੀਆਂ ਸਲਮਾਨ ਖਾਨ ਫੈਨ ਨੇ, ਜਸਟ ਲਾਈਕ ਮੀ, ਸਲਮਾਨ ਖਾਨ ਨੇ ਸ਼ਰਟ ਲਾਈ ਕਿ ਨਹੀਂ ਲਾਈ, ਇਹ ਤਾਂ ਦੇਖਣਾ ਪਏਗਾ. ਓ ਚਲੋ, ਇਹ ਸਸਪੈਂਸ ਹੈ ਜੀ. ਸੋ ਮੈਂ ਹੋਪਿੰਗ, ਆਈ ਐਮ ਹੋਪਿੰਗ ਕਿ ਇਹ ਹੋਵੇ ਹੈਪਨ, ਤੇ ਅਸੀਂ ਉਹਦੀ ਐਪਸ ਜਿਹੜੀਆਂ ਨੇ ਅੱਜ ਕੱਲ੍ਹ ਥੋੜ੍ਹੀ ਬੀਫੀ ਐਪਸ ਨੇ ਉਹਦੀਆਂ, ਅਤੇ ਉਹ ਵੇਖ ਸਕੀਏ. ਕਿਹੋ ਜਿਹਾ ਸਮਾਂ ਆ ਗਿਆ ਕਿ ਟੀਵੀ ਸ਼ੋਅ 'ਚ ਹਸਬੈਂਡ ਨਾਲ ਬੈਠਾ ਹੈ, ਤੇ ਬੀਵੀ ਕਹਿ ਰਹੀ ਉਹ ਬੰਦਾ ਸ਼ਰਟ ਉਤਾਰੇਗਾ ਕਿ ਨਹੀਂ ਉਤਾਰੇਗਾ. ਬੀ ਫੈਨ, 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 ਵੀ ਆਰ ਫੈਨ, ਓਕੇ, ਉਹਨੂੰ ਗਲਤ ਨਾ ਲਓ, ਅਸੀਂ ਵੀ ਆਰ ਫੈਨ. ਉਹ ਫੈਨ ਦੀ ਐਸੇ ਤਾਂ ਕਿਹਾ. ਹਾਂ ਬਿਲਕੁਲ, ਅਤੇ ਉਹਦਾ ਨਹੀਂ, ਉਹਨੂੰ ਸ਼ਰਟਲੈਸ ਵੈਸੇ ਨਹੀਂ ਕਰਨਾ ਚਾਹ ਰਹੇ, ਲੇਕਿਨ ਉਹ ਐਜ਼ ਏ ਫੈਨ ਅਸੀਂ ਉਹਨਾਂ ਦੀ ਬਾਡੀ ਵੇਖਣਾ ਚਾਹੁੰਦੇ ਹਾਂ ਕਿ ਫਾਰਮ 'ਚ ਹੈ ਕਿ ਨਹੀਂ, ਟੈਸਟ ਕਰ ਰਹੇ ਹਾਂ. ਮੈਂ ਤਾਂ ਦੇਖ ਰਿਹਾ ਕਿ ਬੰਦਾ ਫਿੱਟ ਹੈ ਕਿ ਨਹੀਂ. ਉਹ ਤੌਲੀ ਵਾਲਾ ਸਟੈਪ ਜ਼ਰੂਰ ਦੇਖਣਾ ਚਾਹੂੰਗਾ, ਜਿਹੜਾ ਸਲਮਾਨ ਦਾ ਤੌਲੀ ਵਾਲਾ ਸਟੈਪ ਨਹੀਂ ਹੈਗਾ. ਇੱਕ ਵਾਰ ਜੋ ਆਏ ਜਵਾਨੀ, ਫਿਰ ਸਲਮਾਨ ਖਾਨ ਦੇ ਗਾਣੇ ਜੀ ਇੱਥੇ ਟਾਪ ਆਫ ਮਾਈ ਹੈਡ, ਜਸਟ ਨੇਮ ਇਟ, ਇੱਦਾਂ ਨਿਕਲਦਾ ਨੇ ਬਾਹਰ. ਮੈਨੂੰ ਕਹਿੰਦਾ ਨਾ, ਜਿਵੇਂ ਕੰਪਿਊਟਰ ਦੇ ਵਿੱਚ ਟਾਈਪ ਕਰਨਾ ਪੈਂਦਾ ਨਾ, ਤੁਹਾਨੂੰ ਟਾਈਪ ਕਰਨ ਦੀ ਵੀ ਲੋੜ ਨਹੀਂ. ਮੋਨੀ ਗਿੱਲ ਇਜ਼ ਆਲ ਦੇਅਰ ਫੋਰ ਸਲਮਾਨ ਖਾਨ. ਸਲਮਾਨ ਬਾਰੇ ਗੂਗਲ ਨਾ ਕਰੋ, ਸਲਮਾਨ ਬਾਰੇ ਮੋਨੀ ਗਿੱਲ ਨੂੰ ਕਾਲ ਕਰੋ, ਇਹ ਦੱਸੇਗੀ. ਫਿਰ ਉਹਨਾਂ ਦਾ ਵਿਆਹ ਕਦੋਂ ਹੋ ਰਿਹਾ ਸਲਮਾਨ ਜੀ ਦਾ? ਉਹ ਵੇਟ ਕਰ ਰਹੇ, ਦੱਸਾਂਗੇ. ਇਹ ਵੀ ਸਸਪੈਂਸ ਹੈ, ਦੱਸਾਂਗੇ. ਕੁਐਸਚਨ ਕਿਸੇ ਹੋਰ ਨੇ ਪੁੱਛਿਆ ਸੀ ਪ੍ਰੈਸ ਕਾਨਫਰੰਸ, ਅੱਛਾ, ਤਾਂ ਕਹਿੰਦਾ ਬਹੁਤ ਜਲਦੀ ਉਹਨੇ ਕਿਹਾ ਕਿ ਬਈ ਸਲਮਾਨ ਭਾਈ ਇਹ ਉਹ, ਕਹਿੰਦਾ ਉਹ ਸ਼ਾਇਦ ਨਾ ਜੀ ਹੋਇਆ ਤਾਂ ਤੁਮਨੇ ਮੈਨੂੰ ਭਈਆ ਜੀ ਬੋਲਦੀ ਹੈ. ਸੋ ਮੇਕ ਸ਼ੋਰ ਡੋਂਟ ਕਾਲ ਭਈਆ, ਕੀ ਪਤਾ ਤੁਹਾਡਾ ਲੱਕੀ ਨੰਬਰ. ਭਈਆ ਨਾ ਕਹਿ ਦੇਣ, ਕੀ ਪਤਾ ਥੋੜੀ ਸੰਜੋਗ ਦਾ, ਕੀ ਪਤਾ ਕਿੱਥੇ ਜਾ ਕੇ ਪਾਕ ਖੋਲਦੇ ਨੇ ਕਿਸੇ ਜੀ. ਤੇ ਅੱਛਾ ਲੋ ਜੀ, ਪ੍ਰੋਗਰਾਮ ਦੇ ਅਸੀਂ ਐਂਡ 'ਚ ਆ ਗਏ ਆ, ਤੇ ਭਾਜੀ ਐਸੀ ਕੋਈ ਚੀਜ਼ ਜਿਹੜੀ DMV ਨੂੰ ਤੁਸੀਂ ਲਾਸਟ ਕਹਿਣਾ ਚਾਹੋਗੇ? DMV ਨੂੰ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਜੀ, ਤੁਸੀਂ ਬੁਲਾਇਆ, ਮੌਕਾ ਦਿੱਤਾ ਇਸ ਸ਼ੋਅ ਦਾ. ਥੈਂਕ ਯੂ ਜੀ. DMV ਮੈਂ ਇਹ ਕਹਿ ਸਕਦਾ, ਸਲਮਾਨ ਐਂਡ ਦੇ ਗਰੁੱਪ ਜਿਹੜਾ ਬਣਿਆ ਹੈ, ਮੈਨੂੰ ਲੱਗਦਾ ਨਹੀਂ ਕਿ ਦੁਬਾਰਾ ਕਦੀ ਬਣੇਗਾ. ਉਹਨੂੰ ਪਤਾ ਹੀ ਹੈਗਾ, ਸ਼ੋਅ ਜਿਹੜੇ ਮੈਂ ਕੀਤੇ ਨੇ ਜਾਂ ਕਦੀ ਬਣੇ ਨੇ, ਹਮੇਸ਼ਾ ਸੇਮ ਕੰਬੀਨੇਸ਼ਨ ਕਦੀ ਨਹੀਂ ਹੁੰਦੇ. ਯੈਸ,
ਸਲਮਾਨ ਹੁਣ ਇਹਦੇ ਬਾਅਦ ਦੁਬਾਰਾ ਕਦ ਆਏਗਾ ਇਹ ਕਿਸੇ ਨੂੰ ਨਹੀਂ ਪਤਾ, ਲੇਕਿਨ ਕਹਿ ਰਿਹਾ ਸੀ ਕਿ ਵੀ ਉਹ ਮੇਰੇ ਸੇ ਨਹੀਂ ਹੋਤਾ ਹੈ, ਇਸਕੇ ਬਾਅਦ ਬਹੁਤ ਸੋਚਣਾ ਪੜੇਗਾ ਕਿ ਦੁਬਾਰਾ ਕਬ ਕਰੂੰ, ਅਤੇ ਇਹ ਤੁਹਾਡਾ ਜੋ ਮੈਨੂੰ ਕੀ ਕਹਿੰਦਾ ਮੌਕਾ ਹੈਗਾ, ਉਹਦੀ ਪਰਫੋਰਮੈਂਸ ਵੇਖੋ, ਚੰਗਾ ਬੰਦਾ ਹੈ, ਸਾਰੇ ਕੰਮ ਚੰਗੇ ਕਰਦਾ, ਉਹ ਅਲੱਗ ਗੱਲ ਹੈ ਕਿ ਉਹਦੀ ਪੁਰਾਣੀ ਗਲਤੀਆਂ ਤੋਂ ਵਜ੍ਹਾ ਤੋਂ ਜੋ ਵੀ ਹੈ we don't mind as a fan we don't mind he we are human being ਉਹ ਇਹ ਹੈ being yeah human, being yeah ਤੇ ਉਹ ਬੰਦਾ ਆਪਣੀ ਗਲਤੀਆਂ ਤੋਂ ਸਿੱਖਦਾ ਹੈ ਸੋ ਭਾਜੀ ਕੀ ਕੰਟੀਨਿਊ ਐਂਡ ਉਹਦੇ ਨਾਲ ਵੀ ਤੁਹਾਨੂੰ ਪਤਾ ਹੈ ਕਿ ਜਿੰਨੀ ਕਮਾਈ ਕਰਦਾ ਹੈ ਛੋਟਾ ਹਿੱਸਾ ਆਪਣੇ ਕੋਲ ਰੱਖਦਾ ਬਾਕੀ ਪਾਉਂਦਾ being human ਵਿੱਚ yes ਉਹਦੇ ਕਿੰਨੂੰ ਕਿੰਨਾ ਡੋਨੇਸ਼ਨ ਕਰਦਾ ਉਹ ਦੁਨੀਆਂ ਨੂੰ ਪਤਾ ਹੈ ਜੀ ਸੋ ਬੰਦਾ ਵੀ ਚੰਗਾ ਹੈ ਪਰਫੋਰਮੈਂਸ ਵੀ ਚੰਗੀ ਹੈ ਜਿਹੜਾ ਕੰਬੀਨੇਸ਼ਨ ਹੈ ਇਹ ਸਾਰੇ ਆਪਸ ਇਤਨਾ ਫਨ ਹੈਗੇ ਨੇ ਕਿ ਤੁਸੀਂ ਇੱਕ ਸੈਕਿੰਡ ਵੀ ਬੋਰ ਨਹੀਂ ਹੋਵੇ ਇਹ ਯਾਦਾਂ ਤੁਹਾਡੇ ਕੋਲ ਰਹਿਣਗੀਆਂ ਬਹੁਤ ਦੇਰ ਤੱਕ ਇਹ ਉਹਦੇ ਬਾਅਦ ਦੁਬਾਰਾ ਐਸਾ ਸ਼ੋਅ ਬਣਾਉਣਾ ਨਾਮੁਮਕਿਨ ਤਾਂ ਨਹੀਂ ਕਹਿ ਸਕਦੇ ਮੁਸ਼ਕਿਲ ਹੈ ਬਿਲਕੁਲ ਸਹੀ ਕਿਸੇ ਨੇ ਬਿਲਕੁਲ ਸਹੀ ਕਿਹਾ ਕਹਿੰਦੇ ਜ਼ਿੰਦਗੀ 'ਚ ਮੌਕਾ ਅਤੇ ਵਿਰਾਟ ਦਾ ਚੌਂਕਾ ਮੈਂ ਕਹੂੰਗਾ ਜ਼ਿੰਦਗੀ 'ਚ ਸਲਮਾਨ ਨੂੰ ਮਿਲਣ ਦਾ ਮੌਕਾ ਅਤੇ ਵਿਰਾਟ ਦਾ ਚੌਂਕਾ ਇਹ ਵਾਰ ਵਾਰ ਦੇਖਣ ਨੂੰ ਨਹੀਂ ਮਿਲਦਾ ਤੁਹਾਨੂੰ ਸੋ ਸਾਡੀ ਪੂਰੀ ਟੀਮ ਇਹ ਪੂਰੀ ਕੀ ਕਹਿੰਦੇ ਸ਼ਿੱਦਤ ਨਾਲ ਪੂਰੀ ਕੋਸ਼ਿਸ਼ ਕਰੇ ਕਿ ਇਸ ਇਹ ਸ਼ੋਅ ਹਿੱਟ ਹੋਏਗਾ ਇਹ ਸ਼ੋਅ ਸੋਲਡ ਆਊਟ ਵੀ ਹੋਏਗਾ ਸਿਰਫ ਦੇਖਣਾ ਹੈ ਕਿ ਤੁਸੀਂ ਟਿਕਟ ਲੈ ਕੇ ਅੰਦਰ ਦੇਖਣ ਦਾ ਤੁਹਾਨੂੰ ਮੌਕਾ ਮਿਲਦਾ ਕਿ ਨਹੀਂ ਮਿਲਦਾ ਇਹ ਡਿਸੀਜਨ ਤੁਸੀਂ ਆਪ ਲੈਣਾ ਹੈਗਾ ਜਿਵੇਂ ਮੋਨੀ ਨੇ ਬਹੁਤ ਅੱਛਾ ਕਿਹਾ ਇੱਕ ਬਹੁਤ ਅੱਛਾ ਮੈਸੇਜ ਗਿਆ ਪਟਾਕੇ ਪਟੁਕੇ ਨਾ ਮਾਨੋ ਇੱਕ ਤਾਂ ਤੁਸੀਂ ਪੈਸੇ ਬਰਬਾਦ ਕਰਦੇ ਹੋ ਉੱਪਰੋਂ ਇਨਵਾਇਰਮੈਂਟ ਖਰਾਬ ਕਰਦੇ ਹੋ ਅਗਰ ਇਹੀ ਪੈਸੇ ਜੋੜ ਕੇ ਜਾਂ ਇਹੀ ਸਾਂਭ ਕੇ ਤੁਸੀਂ ਇਹ 10 ਪਟਾਕਿਆਂ ਦੀ ਜਿਹੜੀ ਪਟਾਕਿਆਂ ਦੀ ਲੋੜ ਹੀ ਨਹੀਂ ਪਏਗੀ ਐਸੇ ਐਸੇ ਬੰਬ ਆ ਰਹੇ ਨੇ ਦੀਸ ਆਰ ਬੰਬਸ ਅਗਰ ਐਸਾ ਹੈ ਕਿ ਤੁਸੀਂ ਪਟਾਕੇ ਵੀ ਮਿਸ ਨਹੀਂ ਕਰੋਗੇ ਕਿਉਂਕਿ ਸ਼ੋਅ ਵਿੱਚ ਪੂਰਾ ਪਾਇਲੋ ਵਰਕ ਹੈਗਾ ਹਾਂ ਤਿੰਨ ਬੰਬ ਤੇ ਮੈਨੂੰ ਚਾਰ ਤੇ ਨਜ਼ਰ ਆ ਰਿਹਾ ਹੈਗਾ ਜਿੱਚ ਪੂਰੇ ਉਹ ਪਟਾਕਿਆਂ ਵਾਂਗੂ ਹਰ ਐਂਟਰੀ ਜੋ ਬਿਲਕੁਲ ਜੀ ਨਹੀਂ ਕਰਦਾ ਪਰ ਚਲੋ ਇਹ ਸੁਲਤਾਨ ਹੈ ਬਾਕੀ ਕਿੰਗ ਨੇ ਕਿ ਨਹੀਂ ਨੇ ਉਹਦਾ ਮੈਨੂੰ ਪਤਾ ਨਹੀਂ ਕਈ ਬਥੇਰੇ ਕਿੰਗ ਛੋਟੇ ਮੋਟੇ ਵੀ ਫਿਰਨ ਦੇ ਨੇ ਕਈ ਪ੍ਰਿੰਸ ਬਣ ਜਾਂਦੇ ਨੇ ਆਪੇ ਤਕੱਲਸ ਆਪਣੇ ਆਪ ਨੂੰ ਟਾਈਟਲ ਦਿੱਤਾ ਹੁੰਦਾ ਜੀ ਮੈਂ ਪ੍ਰਿੰਸ ਆਫ ਪੰਜਾਬ ਹਾਂ ਚਲੋ ਵੈਰੀ ਗੁੱਡ ਲੇਕਿਨ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਪਲੀਜ਼ ਕੋਈ ਆਪਣੇ ਦਿਲ 'ਤੇ ਨਾ ਗੱਲ ਆਵੇ ਇੱਕ ਸ਼ੋਅ ਸੀਗਾ ਇੱਕ ਤਿੰਨ ਬੰਦਿਆਂ ਦੀ ਸੋਚ ਇੱਕ ਅਸੀਂ ਆਪਣੀ ਜਿੰਨੀ ਕੁ ਸਾਡੀ ਸਮਝ ਆ ਅਸੀਂ ਤੁਹਾਡੇ ਅੱਗੇ ਇੱਕ ਮੈਸੇਜ ਨਹੀਂ ਕਹਿਣਾ ਚਾਹੀਦਾ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਹੀ ਸਮਝੋ ਬਿਲਕੁਲ ਪਰਸਨਲ ਲੈਵਲ ਤੇ ਨਾ ਲੈ ਕੇ ਜਾਓ ਜ਼ਿੰਦਗੀ ਬਹੁਤ ਛੋਟੀ ਹੈ ਕਿ ਕਹੀਦਾ ਬਾਰ ਬਾਰ ਉਹੀ ਡਾਇਲੋਗ ਡੋਂਟ ਟ੍ਰਬਲ ਯੋਰ ਨੇਬਰ ਯਾਰ ਡੋਂਟ ਟ੍ਰਬਲ ਯੋਰ ਮਦਰ ਸੋ ਆਪਾਂ ਇਹੀ ਕਹਿੰਦੇ ਕੋਸ਼ਿਸ਼ ਕਰਨੇ ਆਪਾਂ ਸਾਰੇ ਸਲਮਾਨ ਦੇ ਸ਼ੋਅ ਤੇ ਇੱਕ ਦੂਜੇ ਨੂੰ ਮਿਲੀਏ 4th of July ਵੀਕਐਂਡ ਸਲਮਾਨ ਨਾਲ ਮਿਲਾਈਏ ਇਸ ਤੋਂ ਵੱਡਾ ਕੀ ਹੋ ਸਕਦਾ ਜੀ ਜੀ ਬਸ ਇਹੀ ਕਹਿ ਸਕਦੇ ਹਾਂ ਕਿ ਤੁਸੀਂ ਇਹ ਸ਼ੋਅ ਮਿਸ ਕਰੋਗੇ ਤੇ ਜਾਂ ਸੁਣੋਗੇ ਆਪਣੇ ਯਾਰਾਂ ਦੋਸਤਾਂ ਕੋਲੋਂ ਫੈਮਿਲੀ ਕੋਲੋਂ ਕਹੋਗੇ ਕਾਸ਼ ਅਸੀਂ ਵੀ ਜਾਂਦੇ ਬਿਲਕੁਲ ਸੋ ਉਹ ਕਾਸ਼ ਨਾ ਬਣੋ ਕੁਝ ਹਾਈਲਾਈਟਸ ਤੁਸੀਂ ਦੇਖ ਲਈ ਹੋਣੇ ਐਟਲਾਂਟਾ ਸ਼ੋਅ ਦੀਆਂ ਬਾਕੀ ਅਸੀਂ ਦਿਖਾ ਦਾਂਗੇ ਤੁਹਾਨੂੰ ਲੇਕਿਨ ਉੱਥੇ ਆਓਗੇ ਤਾਂ ਮਜ਼ਾ ਆਏਗਾ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ ਜਾਣ ਤੋਂ ਪਹਿਲਾਂ ਸਾਡੇ ਤਿੰਨਾਂ ਵੱਲੋਂ ਮਾਈ ਟੀਵੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ